ਸਾਤਰੀਏ ਕਾਲ ਤੁਸੀਂ ਦੇਖ ਰਹੇ ਹੋ ਤਖਤ ਪੰਜਾਬ ਮੈਂ ਤੁਹਾਡੇ ਨਾਲ ਸੁਖਿੰਦਰ ਸਿੰਘ ਮੇਰੇ ਨਾਲ ਉਹ ਗਿਆਸੀ ਮਾਰ ਪ੍ਰੋਫੈਸਰ ਮਨਜੀਤ ਸਿੰਘ ਮੌਜੂਦ ਨੇ ਹੁਣ ਤੱਕ ਦੀਆਂ ਵੱਡੀਆਂ ਖਬਰਾਂ ਤੇ ਵੱਡੇ ਮੁੱਦਿਆਂ ਉੱਤੇ ਚਰਚਾ ਕਰਾਂਗੇ ਸਵਾਗਤ ਹੈ ਤੁਹਾਡਾ ਪ੍ਰੋਫੈਸਰ ਸਾਹਿਬ ਬਹੁਤ ਬਹੁਤ ਧੰਨਵਾਦ ਸੁਖਿੰਦਰ ਜੀ ਸਵਾਗਤ ਪ੍ਰੋਫੈਸਰ ਸਾਹਿਬ ਅਮਰਿਤਪਾਲ ਹਾਲੇ ਤੱਕ ਜਦੋਂ ਤੱਕ ਆਪਾਂ ਚਰਚਾ ਕਰ ਰਹੇ ਹਾਂ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ ਪੈੜ ਨੱਪੀ ਜਾ ਰਹੀ ਹੈ ਲਗਾਤਾਰ ਇਹਦੇ ਵਿਚਾਲੇ ਜਿਸ ਤਰ੍ਹਾਂ ਦੀਆਂ ਖਬਰਾਂ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਜਿਹੜਾ ਸੰਬੋਧਨ ਹੈ ਪੰਜਾਬ ਦੇ ਲੋਕਾਂ ਦੇ ਨਾਮ ਉਹ ਬਹੁਤ ਅਹਿਮੀਅਤ ਰੱਖਦਾ ਕਿਉਂਕਿ ਅਖਰਾਂ ਦੀ ਚੋਣ ਜਿਹੜੀ ਹੁੰਦੀ ਹੈ ਜਦੋਂ ਉਹਨਾਂ ਤੇ ਫੋਕਸ ਕੀਤਾ ਜਾਂਦਾ ਹੈ ਕਿ ਮੁੱਖ ਮੰਤਰੀ ਸਾਹਿਬ ਕਹਿਣਾ ਕੀ ਚਾਹੁੰਦੇ ਨੇ 3 ਕਮਿੰਟਾਂ ਦੇ ਵਿੱਚ ਉਹਨਾਂ ਨੇ ਉਹ ਸਾਰੀ ਗੱਲ ਸਮੇਟੀ ਜਿਹਦੇ ਵਿੱਚ ਗੱਲ ਕੀਤੀ ਕਿ ਜਿਹੜੇ ਧਰਮ ਦੇ ਠੇਕੇਦਾਰ ਨੇ ਤੇ ਜਿਹੜੇ ਲੋਕਾਂ ਦੇ ਮੁੰਡਿਆਂ ਨੂੰ ਇਹ ਗੱਲ ਕਹਿ ਦਿੰਦੇ ਨੇ ਕਿ ਤੁਸੀਂ ਆਪਣੇ ਸਿਰ ਦੇ ਦਿਓ ਇਹ ਮਤਲਬ ਕਿ ਇਸ ਤਰ੍ਹਾਂ ਦੇ ਨਾਲ ਜਿਹੜੇ ਪਿਛਲੇ ਕੁਝ ਮਹੀਨਿਆਂ ਤੋਂ ਪੰਜਾਬ ਦੇ ਵਿੱਚ ਜਿਵੇਂ ਪ੍ਰਚਾਰ ਹੋ ਰਿਹਾ ਸੀ ਉਹ ਕਹਿੰਦੇ ਕਿ ਅਸੀਂ ਠੱਲ ਪਾਈ ਆ ਬੜਾ ਸੌਖਾ ਹੁੰਦਾ ਕਿਸੇ ਨੂੰ ਕਹਿਣਾ ਕਿ ਤੁਸੀਂ ਸਿਰ ਦੇ ਦਿਓ ਸਿਰਵਾਰ ਦਿਓ ਅਸੀਂ ਕਹਿੰਦੇ ਪੰਜਾਬ ਨੂੰ ਅਫਗਾਨਿਸਤਾਨ ਨਹੀਂ ਬਣਨ ਦੇਣਾ ਤੇ ਮੈਂ ਚਾਹਾਂਗਾ ਕਿ ਆਪਾਂ ਸ਼ੁਰੂਆਤ ਇੱਥੋਂ ਹੀ ਕਰੀਏ ਕਿ ਜੋ ਕੁਝ ਅਮਰਪਾਲ ਸਿੰਘ ਨੂੰ ਲੈ ਕੇ ਰੌਲਾ ਰੱਪਾ ਹਲੇ ਵੀ ਪਿਆ ਹੋਇਆ ਹੈ ਤੇ ਜਿਸ ਤਰ੍ਹਾਂ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਇਹਦੇ ਨਾਲ ਸੁਖਵਿੰਦਰ ਅਸੀਂ ਆਪਣੇ ਸਰੋਤਿਆਂ ਨਾਲ ਦੇ ਨਾਲ ਬੜਾ ਸਲਾਮੂਜ਼ੋ ਮੇਂ ਇਹ ਗੱਲ ਕਰਨੀ ਚਾਹੁੰਨੇ ਆ ਕਿ ਇਹ ਡਰਾਮਾ ਜਿਵੇਂ ਜਿਵੇਂ ਲੰਬਾ ਪਿਆ ਤੇ ਜਿਵੇਂ ਜਿਵੇਂ ਇਹਦੀਆਂ ਪਰਤਾਂ ਖੁੱਲੀਆਂ ਤੇ ਹੁਣ ਇੱਕ ਗੱਲ ਤੇ ਸਾਫ਼ ਦੀ ਨਜ਼ਰ ਆਉਣ ਲੱਗ ਪਈ ਹੈ ਕਿ ਇਹ ਬਹੁਤਾ ਹਿੱਸਾ ਇਸ ਡਰਾਮੇ ਦੇ ਵਿੱਚ ਕੇਂਦਰ ਦਾ ਸੀ। ਇਹ ਅਮਰਤਪਾਲ ਜਿਵੇਂ ਅਚਾਨਕ ਇੱਥੇ ਆਉਂਦਾ ਜਿਵੇਂ ਆਣ ਕੇ ਵਾਰੇ ਸ ਪੰਜਾਬ ਦੇ مالک ਬਣਦਾ ਫਿਰ ਉਹ ਸਾਰੀਆਂ ਇੱਕ ਹਲਿਆ ਲਲਿਆ ਸ਼ੁਰੂ ਹੋ ਜਾਂਦੀ ਬਹੀਰਾ ਹੋ ਜਾਂਦੀ ਆਮਰਤਪਾਨ ਹੋ ਜਾਂਦਾ ਇੰਨੇ ਟਾਈਮ ਤੇ ਛਾਦੀ ਵੀ ਹੋ ਜਾਂਦੀ ਕਰੋ ਜਣੀ ਇਨੀ ਤੇਜ਼ੀ ਨਾਲ ਸਾਰਾ ਘਟਨਾ ਕਰਮ ਹੁੰਦਾ ਕਿ ਚਕਾ ਚੌਂਦੀ ਹੋ ਜਾਂਦਾ ਤੇ ਇੱਕ ਸੈਕਿੰਡ ਵੀਰ ਸ਼ੁਰੂ ਹੋਣ ਦਾ ਮੌਕਾ ਸੀਗਾ ਇਸੇ ਦੌਰਾਨ ਅ ਅਜਨਾਲੇ ਵਾਲਾ ਵੀ ਹੋ ਜਾਂਦਾ ਹੁਣ ਤੁਸੀਂ ਇਹ ਮਤ ਸਮਝੋ ਕਿ ਇਹ ਸਾਰੇ ਦਾ ਸਾਰਾ ਜਿਹੜਾ ਚੱਕਰ ਅਜਨਾਲੇ ਕਰਕੇ ਹੋਇਆ ਉਹ ਇੱਕ ਬਹਾਨਾ ਹੋ ਸਕਦਾ ਪਰ ਇਹਦਾ ਜਰਨੀ ਇੰਨਾ ਕੀਤਾ ਸੀ 6 ਮਹੀਨੇ 8 ਮਹੀਨੇ ਬਸ ਤੇ ਕਿਉਂਕਿ ਅਜਨਾਲਾ ਆ ਗਿਆ ਉਹ 6 ਮਹੀਨੇ ਹੋ ਗਿਆ ਨਹੀਂ ਤੇ 8 ਮਹੀਨੇ ਹੋ ਜਾਂਦਾ ਇਹਦੋਂ ਵੱਧ ਇਹਦੀ ਅਮਰਤਪਾਲ ਦੀ ਜਿਹੜੇ ਵੀ ਲੋਕ ਲੈ ਕੇ ਆਏ ਉਹਨਾਂ ਨੂੰ ਇਹਦੋਂ ਵੱਧ ਲੋੜ ਨਹੀਂ ਸੀ ਇਸ ਲਈ ਹੁਣ ਤੁਸੀਂ ਦੇਖੋ ਹੁਣ ਇਸ ਘਟਨਾਕਰਮ ਨੂੰ ਧਿਆਨ ਨਾਲ ਕਿ ਅੱਜ ਦੇ ਜਿਹੜੇ ਇਨਕਸ਼ਾਫ ਹੋਏ ਆ ਪੁਲਿਸ ਨੇ ਕੀ ਕਿਹਾ ਲਓ ਜੀ ਉੱਥੇ ਤੇ ਪੂਰੀ ਤਿਆਰੀ ਹੋ ਗਈ ਸੀ ਜੇ ਐਨ ਐਸ ਐ ਲਾਇਆ ਪੁਲਿਸ ਕਹਿੰਦੀ ਹੈ ਐਨ ਐਸ ਐ ਲਾਇਆ ਤੇ ਬਿਲਕੁਲ ਠੀਕ ਲਾਇਆ ਇਹ ਤੇ ਕੱਲਾ ਨਾਰਿਆਂ ਤੱਕ ਸਪੀਚਾਂ ਤੱਕ ਨਹੀਂ ਸੀ ਫੌਜ ਤਿਆਰ ਹੋ ਗਈ ਸੀ ਫੌਜ ਦੇ ਹਥਿਆਰਾਂ ਤੇ ਜਿਹੜਾ ਉਹ ਏ ਕੇ ਏ ਕੇ ਐਫ ਵਾਲਾ ਨੰਦਪੁਰ ਖਾਲਸਾ ਫੌਜ ਦੇ ਮਾਰਕਿੰਗ ਲਾਈ ਸੀ ਲੋਗੋ ਲਾਇਆ ਸੀ ਉਹ ਜੈਕਟਾਂ ਦਾ ਵੀ ਦਿਖਾਇਆ ਉਹ ਪਹਿਨਿਆ ਹੋਇਆ ਦਿਖਾਇਆ ਉਹਨਾਂ ਬੰਦਿਆਂ ਨੂੰ ਦਿਖਾਇਆ ਇਹਦੇ ਤੁਸੀਂ ਕੀ ਗੱਲਾਂ ਕਰਦੇ ਹੋ ਉਹਨਾਂ ਤੇ ਐਕਸ ਸਰਵਿਸਮੈਨ ਭਰਤੀ ਕਰਕੇ ਹਥਿਆਰ ਚ ਲੌਂਡ ਦੀ ਟ੍ਰੇਨਿੰਗ ਦੇਣੀ ਸ਼ੁਰੂ ਕਰਤੀ ਸੀ ਸ਼ੂਟਿੰਗ ਰੇਂਜ ਬਣੀ ਹੋਈ ਸੀ ਉਹਦੇ ਘਰ ਦੇ ਲਾਗੇ ਉੱਥੇ ਉਹਦੀ ਵੀਡੀਓ ਜਾਰੀ ਕਰਤੀ ਤੇ ਆ ਬੰਦੇ ਜਿਹੜੇ ਆ ਸ਼ੂਟ ਕਰ ਰਹੇ ਆ ਔਰ ਉਹ ਦਿਖ ਰਹੇ ਆ ਕਿ ਉਹ ਸਿੱਖ ਰਹੇ ਆ ਸਾਰੀ ਲੀਲੀਆਂ ਦਸਤਾਰਾਂ ਦੇ ਵਿੱਚ ਹੈਗੇ 7-8 ਬੰਦੇ ਦਿਖਾਏ ਜਾਂਦੇ ਆ ਅਗਲਾ ਲਓ ਜੀ ਇੱਥੇ ਨਹੀਂ ਉੱਤੇ ਪੂਰਾ ਨਕਸ਼ਾ ਤਿਆਰ ਆ ਦੇਖੋ ਨਕਸ਼ਾ ਖਾਲਿਸਤਾਨ ਦਾ ਆ ਦੇਖੋ ਉਹਦਾ ਛੱਡਾ ਉਹਦੇ ਤੇ ਉਹ ਕੁਝ ਉਰਦੂ ਦੇ ਵਿੱਚ ਖਾਸ ਗੱਲ ਇਹ ਆ ਕਿ ਪੰਜਾਬੀ ਚ ਨਹੀਂ ਲਿਖਿਆ ਛੰਡੇ ਤੇ ਉਰਦੂ ਤੇ ਲਿਖਿਆ ਆ ਮੈਂ ਉਰਦੂ ਪੜਨ ਵਾਲਾ ਮੁੰਡਾ ਸੀ ਉਹਨੇ ਥੱਲੇ ਲਿਖਿਆ ਸੀ ਸ਼ਾਇਦ ਸਰਕਾਰ ਖਾਲਸਾ ਸਰਕਾਰ ਕੁਛ ਇਹੋ ਜਿਹਾ ਕੋਈ ਉਹਦੇ ਚ ਮੈਨੂੰ ਹੁਣ ਯਾਦ ਨਹੀਂ ਹੈ ਪੜ ਲਾਂਗੇ ਮੈਂ ਕੀ ਲਿਖਿਆ ਆਉਂਦੇ ਤੇ ਪੜਾ ਲਾਂਗੇ ਪਰ ਇਹ ਗੱਲ ਹੈ ਕਿ ਇਹ ਤੇ ਲੱਗਦਾ ਕਿ ਇਹ ਜਿਹੜਾ ਫਲੈਗ ਖਾਲਿਸਤਾਨ ਦਾ ਤਿਆਰ ਹੋਇਆ ਉਹ ਪੱਛਮੀ ਪਾਕਿਸਤਾਨ ਪੰਜਾਬ ਚੋਂ ਤਿਆਰ ਹੋਇਆ ਹੋਣਾ ਕਿਉਂਕਿ ਸ਼ਾਇਦ ਉਹਨੂੰ ਵੀ ਵਿੱਚੇ ਹੀ ਲੈਣਾ ਹੋਵੇ ਇੱਧਰ ਨਹੀਂ ਹੋਇਆ ਸਾਡੇ ਚੜਦੇ ਪੰਜਾਬ ਵਾਲ ਨਹੀਂ ਹੁੰਦੀ ਤੇ ਗੁਰਮੁਖੀ ਚ ਲਿਖਿਆ ਹੁੰਦਾ ਜਾਂ ਅੰਗਰੇਜ਼ੀ ਚ ਲਿਖਿਆ ਹੁੰਦਾ ਜਾਂ ਹਿੰਦੀ ਚ ਕਿਸੇ ਵੀ ਭਾਸ਼ਾ ਚ ਲਿਖਿਆ ਹੁੰਦਾ ਇਤੋਂ ਇੱਕ ਕਈ ਗੱਲਾਂ ਦੇ ਨਵੇਂ ਸ਼ੱਕ ਸੁਭਾਵੀ ਆ ਕਿ ਕੌਣ ਇਹ ਝੰਡੇ ਤਿਆਰ ਕਰ ਰਿਹਾ ਕਿੱਥੋਂ ਹੋ ਰਹੇ ਕਿਸ ਮੰਸ਼ਾ ਨਾਲ ਹੋ ਰਹੇ ਇਹ ਗੱਲਾਂ ਤੇ ਮੈਂ ਕਰਾਂਗੇ ਫਿਰ ਉਹ ਬੰਦਿਆਂ ਦੀ ਜਿਹੜੀਆਂ ਫੌਜ ਦੇ ਸੀ ਜੀ ਉਹਨਾਂ ਦੇ ਤੇ ਨੰਬਰ ਵੀ ਲਾ ਕੇ ਸੀ ਜਿਵੇਂ ਪੁਲਿਸ ਨੂੰ ਬੈਲਟ ਨੰਬਰ ਦਿੱਤੇ ਹੁੰਦੇ ਆਹ ਸੀ ਆਰਟ ਨੰਬਰ ਆਹ ਸਤਵਿੰਜਾ ਨੰਬਰ ਆਹ ਫਲਾਣਾ ਫੌਜੀ ਅੱਠ ਫਿਰ ਉਹਦੀ ਇੱਕ ਕੋਰ ਕਮੇਟੀ ਸੀਗੀ ਜਿਹੜੀ ਉਹਦੀ ਆਪਣੀ ਅੰਗ ਰੱਖਿਆ ਕਸੀਗੀ ਉਹ ਇੱਕ ਅਲੱਗ ਕਮੇਟੀ ਜਿਹਨੂੰ ਪੋਲਟ ਬੀਰੋ ਕਹਿੰਦੇ ਆ ਉਹ ਉਹਦੇ ਚ ਸਾਰੇ ਇਹ ਫੈਸਲੇ ਹੁੰਦੇ ਸੀ ਕਈ ਕਿਸਮ ਦਾ ਪਰਪੰਚ ਤੇ ਟੰਗ ਟਮਟਮਾ ਹੈ ਕੀਤਾ ਗਿਆ ਆਪਾਂ ਮੰਨ ਲਓ ਕਿ ਇਹ ਜਿਹੜੇ ਉਹਨਾਂ ਕੋ ਫੋਨ ਫੜੇ ਗਏ ਉਹਨਾਂ ਫੋਨਾਂ ਚੋਂ ਇਹ ਬਹੁਤ ਸਾਰੀਆਂ ਗੱਲਾਂ ਸਾਹਮਣੇ ਆਈਆਂ ਕੁਝ ਵੀਡੀਓ ਆਈਆਂ ਕੁਝ ਫੋਟੋਆਂ ਆਈਆਂ ਕੋਈ ਇਨਫਰਮੇਸ਼ਨ ਆਈ ਜਿਹੜੀ ਸਾਰੀ ਉਹਨਾਂ ਦੇ ਨਾਂ ਜੱਗ ਦੇ ਸਾਹਮਣੇ ਸ਼ੇਅਰ ਕਰ ਲਈ ਪੁਲਿਸ ਵਾਲਿਆਂ ਨੇ ਇੱਕ ਸਵਾਲ ਇਥੇ ਖੜਾ ਹੁੰਦਾ ਜਿਦੋਂ ਇਹ ਸਾਰਾ ਕੁਝ ਹੋ ਰਿਹਾ ਸੀ ਲੋਕੇ ਤੇ ਨਹੀਂ ਸੀ ਹੋ ਰਿਹਾ ਕੀ ਇਹਨਾਂ ਨੂੰ ਫੋਨਾ ਫੋਨਾਂ ਦੇ ਵਿੱਚੋਂ ਹੀ ਪਤਾ ਲੱਗਣਾ ਸੀ ਇਹਦਾ ਮਤਲਬ ਤੇ ਇਹ ਆ ਕਿ ਜੇ ਕੋਈ ਸ਼ੱਕ ਪੈਦਾ ਨਾ ਹੋਣ ਦਿੰਦਾ ਚੁੱਪ ਕਰਕੇ ਤਿਆਰੀ ਕਰ ਦਿੰਦਾ ਤੇ ਵਾਕਿਆ ਹੀ ਭਾਵੇਂ ਖਾਲਿਸਤਾਨ ਬਣਾ ਹੀ ਲੈਂਦਾ ਕਿਉਂਕਿ ਤੁਸੀਂ ਤੇ ਸੁੱਤੇ ਪਏ ਆ ਤਾਨੂੰ ਤਾਂ ਕੋਈ ਪਤਾ ਨਹੀਂ ਤਾਨੂੰ ਤਾਂ ਕੋਈ ਸੁਣਦਾ ਵੀ ਨਹੀਂ ਜਦੋਂ ਭਾਚਨ ਦਿੰਦੇ ਆ ਉਹ ਤੁਸੀਂ ਅੱਖਾਂ ਬੰਦ ਕੇ ਬੈਠੇ ਆ ਤੇ ਹੁਣ ਜੇ ਕੋਈ ਫੋਟੋ ਵੀ ਨਹੀਂ ਕਿਜੀ ਸੋਸ਼ਲ ਮੀਡੀਆ ਤੇ ਸ਼ੇਅਰ ਕਰ ਲੈਂਦਾ ਜਾਂ ਕਿਸੇ ਨੇ ਫੋਟੋ ਵੀ ਉਹਦੀ ਲਈ ਹੋਵੇ ਕਾਰ ਦੇ ਲਈ ਜਾਂ ਆਪਣੇ ਕਿਤੇ ਲੋਗੋ ਕਿਸੇ ਨੇ ਸੋਸ਼ਲ ਮੀਡੀਆ ਤੇ ਲਾ ਲਿਆ ਦੇ ਡਾਂਗ ਸੁੱਟੇ ਤੇ ਸੋਟਾ ਫੜੋ ਏ ਛੱਡਿਓ ਨਾ ਭੱਜ ਲੋ ਏ ਮਾਰ ਦੋ ਏ ਕੇਸ ਬਣਾ ਦੋ ਏ ਇਹਦਾ ਸੋਸ਼ਲ ਮੀਡੀਆ ਬਲਾਕ ਕਰ ਦੋ ਤੇ ਫਲਾਣੇ ਤੇ ਪਲੀਜ਼ ਕੇਸ ਬਣਾਓ ਤੇ ਪਲੀਜ਼ ਦੇ ਰੈਡ ਕਰਾਓ ਤੇ ਇਹਦੀ ਤਹਿਕੀਕਾਤ ਕਰੋ ਕੀ ਤਮਾਸ਼ਾ ਹੋ ਰਿਹਾ ਜਿਹੜੀ ਸਾਰੇ ਉਸ ਸਾਰੇ ਕਹ ਲੋ ਕਿ ਇਸ ਡਰਾਮੇ ਦੇ ਮੁੱਖ ਪਾਤਰ ਤੇ ਹੀਰੋ ਹੈ ਤੇ ਜਿਨ੍ਹਾਂ ਨੇ ਇਹ ਕਲਾਕਾਰੀ ਦਿਖਾ ਲਈ ਕੁਝ ਤੇ ਉਹਨਾਂ ਚੋਂ ਫੜੇ ਗਏ ਕੁਝ ਭਗਾਉੜੇ ਹੋ ਗਏ ਤੇ ਹੀਰੋ ਜਿਹੜਾ ਉਸ ਨੂੰ ਉਸੇ ਤਰੀਕੇ ਦੇ ਨਾਲ ਭਜਾਇਆ ਜਾ ਰਿਹਾ ਜਿਵੇਂ ਦੀਪਕ ਟੀਨੂ ਨੂੰ ਪੁਲਿਸ ਭਜਾਤਾ ਸੀ ਤੁਸੀਂ ਇਹ ਗੱਲ ਦੇਖੋ ਆਜੀ ਹੁਣ ਮੋਟਰਸਾਈਕਲ ਪੜਿਆ ਗਿਆ ਮੋਟਰਸਾਈਕਲ ਤੇ ਪਰ ਜੇ ਫਲਾਣੇ ਤੋਂ ਮੋਟਰਸਾਈਕਲ ਲੈ ਲਿਆ ਫਲਾਣੇ ਤੋਂ ਐਨਕ ਲੈ ਲਈ ਫਲਾਣੇ ਤੋਂ ਪੈਂਟ ਲੈ ਲਈ ਫਲਾਣੇ ਤੋਂ ਜਰਾਬਾਂ ਲੈ ਲੀਆਂ ਤਮਾਸ਼ਾ ਨਹੀਂ ਹੈ ਕੀ ਹੈ ਹੁਣ ਜੀ ਲੁਧਿਆਣੇ ਚ 19 ਤਰੀਕ ਨੂੰ ਆਟੋ ਤੇ ਦੇਖਿਆ ਉਤੋਂ ਆਟੋ ਤੇ ਲੋਕਲ ਬੱਸ ਚ ਬਹਿ ਗਿਆ ਲੋਕਲ ਬੱਸ ਚ ਜੋ ਗਾਂਹ ਮੁਰ ਕੇ ਰਿਕਸ਼ੇ ਤੇ ਬਹਿ ਗਿਆ ਫਲਨਾ ਟਮਕਾਣਾ ਬੱਲਾ ਕੀ ਕਰੀ ਜਾਂਦਾ ਓ ਕੁੜੁੱਕੇ ਤੇ ਵੀ ਬੈਠਾ ਹੋਇਆ ਸੀ ਉਹ ਕਿਤੇ ਮੌਜਾਂ ਕਰਦਾ ਫਿਰਦਾ ਸੀਗਾ ਵੀ ਸਾਰੀ ਜਗ੍ਹਾ ਮੈਂ ਸਾਰੀਆਂ ਸਵਾਰੀਆਂ ਦੇ ਹੂਟੇ ਲੈ ਕੇ ਤੇ ਫੇਰ ਹੀ ਜਾਣਾ ਇੱਥੋਂ ਪੰਜਾਬ ਤੋਂ ਕਿਤੇ ਰਹਿ ਨਾ ਜਾਏ ਮੁੜ ਕੇ ਪਤਾ ਨਹੀਂ ਆਉਣਾ ਨਹੀਂ ਹੈ ਇਹ ਗੱਲ ਸੀ ਸਾਨੂੰ ਇਹ ਸਾਰੀਆਂ ਚੀਜ਼ਾਂ ਤਮਾਸ਼ਾ ਨਹੀਂ ਲੱਗਦੀਆਂ ਜਾਂ ਪੁਲਿਸ ਦਾ ਜਲੂਸ ਨਿਕਲਦਾ ਨਹੀਂ ਲੱਗਦਾ ਮੈਂ ਇਹਨੂੰ ਅੰਮ੍ਰਿਤਪਾਲ ਦੀ ਸ਼ਹੀਦੀ ਮੰਨਦਾ ਮੈਂ ਇਹਨੂੰ ਦੋ ਹੀ ਗੱਲਾਂ ਜਾਂ ਤੇ ਪੁਲਿਸ ਟੋਟਲ ਡਿਫੰਕਟ ਹੋ ਚੁੱਕੀ ਆ ਕਮੀਆਂ ਇਹਦਾ ਕੋਈ ਫਾਇਦਾ ਨਹੀਂ ਜਾਂ ਮੈਂ ਇਹਨੂੰ ਇਹ ਗੱਲ ਮੰਨਦਾ ਕਿ ਪੁਲਿਸ ਨੂੰ ਇਨਸਟਰਕਸ਼ਨ ਆ ਆ ਪੰਜਾਬ ਗਵਰਨਮੈਂਟ ਦੀਆਂ ਜਿਹੜੀ ਕਿ ਕਾਫੀ ਪ੍ਰੋਬੈਬਿਲਟੀ ਲੱਗਦੀ ਆ ਭਰਾਵਾ ਬਾਕੀ ਦੇ ਤੇ ਫੜ ਫੜਾ ਲਓ ਇਹਨੂੰ ਨਾ ਹੱਥ ਪਾਇਓ ਪਹਿਲਾਂ ਮੇਰੇ ਹੱਥ ਪਾਇਆ ਹੋ ਸਕਦਾ ਇਹੋ ਹੀ ਕਾਰਨ ਹੋਵੇ ਕਿ ਗਾਂ 2024 ਅਸੀਂ ਸਿੱਖ ਵੋਟਾਂ ਨੂੰ ਨਾਰਾਜ਼ ਨਹੀਂ ਕਰਾਂ ਤੇ ਇਸ ਲਈ ਸਸਕਾਰ ਕੇ ਇਹਨੂੰ ਬਾਹਰ ਭਜਾ ਦਿਓ ਜਿਸ ਤਰ੍ਹਾਂ ਕੋਈ ਬਾਹਰੋਂ ਆ ਜਾਂਦਾ ਹੈ ਕੋਈ ਹੈ ਨਾ ਜੀਵ ਜੰਤੂ ਤੇ ਆਪਾਂ ਉਹਨੂੰ ਮਾਰਦੇ ਨਹੀਂ ਕਿਉਂਕਿ ਮਾਰਨਾ ਪਾਪ ਹੁੰਦਾ ਆਪਾਂ ਕੀ ਕਰਦੇ ਆ ਕਿ ਉਹਨੂੰ ਭਜਾ ਦਿੰਦੇ ਆ ਤਾਂ ਕਿ ਚਲੋ ਆਪਣੇ ਜਿੱਥੋਂ ਵੀ ਆਇਆ ਉੱਥੇ ਚਲੇ ਜਾਏ ਉਹਨੂੰ ਬੜੇ ਮਿੰਤ ਤੇ ਆਦਰ ਮਾਣ ਦੇ ਨਾਲ ਐ ਤੂੰ ਹੁਣ ਇੱਥੇ ਬਹਿ ਜਾ ਤੂੰ ਇੱਥੇ ਬਹਿ ਜਾ ਇੱਥੇ ਬਹਿ ਜਾ ਆਲਾ ਕਰਕੇ ਹਰਿਆਣੇ ਪਜਾਤਾ ਹਰਿਆਣੇ ਤੋਂ ਉੱਤਰਾਖੰਡ ਚ ਤੂਤਾ ਪੁਲਿਸ ਵਜਾ ਰਹੀ ਆ ਜਿਨੇ ਨੂੰ ਠਹਿਰਨ ਦਿੱਤਾ ਉਹਦੇ ਤੇ ਐਨਐਸਏ ਲਾ ਦਾਂਗੇ ਜਿਨੇ ਪਾਣੀ ਬੁਲਾਇਆ ਉਸਦੇ 575 ਬਣਾ ਦਾਂਗੇ ਜਿਨੇ ਕੁਰਸੀ ਤੇ ਬਿਠਾਇਆ ਉਹਨੂੰ ਪਤਾ ਨਹੀਂ ਕੀ ਕਰ ਦਾਂਗੇ ਇਹੋ ਜਿਹੇ ਅਨਾਉਂਸਮੈਂਟਾਂ ਉੱਥੇ ਚੱਲ ਰਹੀਆਂ ਪਿਛਡੋ ਨਾ ਪਜਾ ਦਿਓ ਯਾਨੀ ਉਹ ਕਹਿੰਦੇ ਵੀ ਜਿਦ ਤਰਾ ਟਿੱਡੀ ਦਲ ਨਹੀਂ ਆਇਆ ਹੰਦਾ ਉਹ ਪੀਪੇ ਵਜਾ ਵਜਾ ਕੇ ਰਸੇ ਲੈ ਕੇ ਨਾ ਉਹ ਆਪਣੇ ਖੇਤੋਂ ਨਾਲ ਦੇਚ ਬਹਿ ਜਾਂਦਾ ਨਾਲ ਦੇ ਵਾਲਾ ਗਾਂ ਅਗਲੇ ਤੂਰ ਦਿੰਦਾ ਅਗਲੇ ਗਾਂ ਅਗਲਾ ਤੂਰ ਦਿੰਦਾ ਮਗੜ ਕੇ ਪਤਾ ਨਹੀਂ ਕਿੱਥੇ ਜਿੱਤੇ ਜਾਵੇ ਮਾੜਾ ਮੋਟਾ ਉਹ ਜਿੱਥੇ ਖਾਈ ਜਾਣਾ ਖਾਈ ਜਾਂਦਾ ਉਹ ਹਾਲਤ ਇਸ ਤਰੀਕੇ ਨਾਲ ਤੋੜਨ ਵਾਲੀ ਹੋਈ ਆ ਉਹ ਉੱਤਰਾਖੰਡ ਤੋਂ ਗਾਂ ਸੋਚਿਆ ਇਹ ਜਾ ਰਿਹਾ ਕਿ ਉਹਨੂੰ ਨੇਪਾਲ ਭੇਜ ਦੇਣਾ ਫਿਰ ਇਹਨਾਂ ਦੀ ਜ਼ਿੰਮੇਵਾਰੀ ਸਾਰੀ ਭਾਰਤ ਸਰਕਾਰ ਦੀ ਵੀ ਜ਼ਿੰਮੇਵਾਰੀ ਖਤਮ ਤੇ ਪੰਜਾਬ ਸਰਕਾਰ ਦੀ ਤੇ ਹੁਣੇ ਹੀ ਖਤਮ ਆ ਇਹਨਾਂ ਨੇ ਕੀ ਲੈਣਾ ਦੇਣਾ ਇਹ ਤਰੀਕਾ ਜਿਆ ਮੈਨੂੰ ਲੱਗਦਾ ਕਿ ਕੰਮ ਆਪਣਾ ਉਹਨਾਂ ਨੇ ਕਰ ਲਿਆ ਕੇਂਦਰੀ ਸਰਕਾਰ ਨੇ ਖਾਸ ਕਰਕੇ ਤੇ ਭਗਵੰਤ ਮਾਨ ਨੇ ਕੇਂਦਰੀ ਸਰਕਾਰ ਦੀ ਪਲੈਨਿੰਗ ਨੂੰ ਜਾਣ ਤੇ ਸਮਝਿਆ ਨਹੀਂ ਜਾ ਉਹਨਾਂ ਦਾ ਸਾਥ ਦਿੱਤਾ ਤੇ ਪਰ ਆਪਣੇ ਵਿਚਾਰ ਦੇ ਵਿੱਚ ਉਹਨਾਂ ਨੇ ਇਹਨਾਂ ਕੰਪਰੋਮਾਈਜ਼ ਕਰ ਲਿਆ ਕਿ ਆਪਾਂ ਇਹਨੂੰ ਫੜ ਫੜਾ ਕੇ ਆਪਣਾ ਜਲੂਸ ਨਹੀਂ ਕਢਾਉਣਾ ਇਹਨਾਂ ਨੂੰ ਬਾਹਰ ਭੇਜ ਦਿਓ ਤਾਂ ਕਿ ਜਿੰ ਜਿਹੜਾ ਉਹਦਾ ਬਾਦ ਵਿੱਚ ਰੈਪਲੀਕੇਸ਼ਨ ਹੋਣਾ ਲੰਬਾ ਚੌੜਾ ਸਿੱਖ ਸਮੁਦਾਇ ਦੇ ਯੂਥ ਵਿੱਚ ਜਾਂ ਹੋਰ ਦੇਸ਼ ਵਿਦੇਸ਼ ਦੇ ਵਿੱਚ ਇਹਨਾਂ ਨੇ ਕਿ ਮੈਂ ਟਾਰਗੇਟ ਨਾ ਬਣਾ ਆਪਾਂ ਟਾਰਗੇਟ ਤੋਂ ਪਰਾਂ ਹੋ ਜਾਈ ਕਿ ਬਣਦਾ ਕੀ ਨਹੀਂ ਬਣਦਾ ਇਹ ਮੈਨੂੰ ਹੌਲੀ ਹੌਲੀ ਇੰਜ ਲੱਗਦਾ ਕਿ ਇਹ ਸ਼ੰਕਾ ਥੋੜਾ ਘਟਦਾ ਜਾਂਦਾ ਕਿ ਉਸ ਨੂੰ ਫੜਿਆ ਹੋਇਆ ਤੇ ਉਸ ਨੂੰ ਖਤਮ ਕਰ ਦੇਣਗੇ ਇਹ ਸ਼ੰਕਾ ਜਿਆਦਾ ਇਧਰ ਨੂੰ ਅੰਦਾਜ਼ਾ ਜਿਹਾ ਲੱਗ ਰਿਹਾ ਕਿ ਉਸ ਨੂੰ ਭਜਾਉਣਾ ਚਾਹੁੰਦੇ ਕੇਂਦਰ ਸਰਕਾਰ ਕੀ ਕਰਨਾ ਚਾਹੁੰਦੀ ਉਹਨਾਂ ਨੂੰ ਵੀ ਵੋਟਾਂ ਦੀ ਲੋੜ ਹੈ ਉਹ ਕਹਿੰਦੇ ਮੈਂ ਵੀ ਕਾਹਨੂੰ ਪੰਗਾ ਲੈਣਾ ਅਸੀਂ ਸਿੱਖਾਂ ਨੂੰ ਨਾਰਾਜ਼ ਕਰਕੇ ਕਾਹਨੂੰ ਲੈਣਾ ਉਹਨਾਂ ਦਾ ਕੰਮ ਇੰਨਾ ਹੀ ਸੀ ਕਿ ਇੱਕ ਵਾਰੀ ਇੱਥੇ ਲਾਂਬੂ ਜਿਹਾ ਲਾਓ ਆਜ ਖਾਲਿਸਤਾਨ ਦਾ ਝੰਡਾ ਦਿਖਾਓ ਖਾਲਿਸਤਾਨ ਦਾ ਦਸਾਂ ਡਾਲਰਾਂ ਦੀ ਦਸਾਂ ਡਾਲਰਾਂ ਦਾ ਇੱਕ ਨੋਟ ਦਿਖਾ ਦਿਓ ਉਹਦੇ ਤੇ ਹੈਨਾ ਹੋਰ ਲੋਗੋ ਦਿਖਾ ਦਿਓ ਫਲਾਨ ਨਾਂ ਦਿਖਾ ਦਿਓ ਟਮ ਟਮਾ ਉਹ ਇੱਥੇ ਤੇ ਹਮਲਾ ਕਰਨੀ ਫਿਰਦੇ ਸੀ ਇਹ ਤੇ ਫਲਾਨ ਉਨਾਂ ਨੇ ਕਿਸਾਨ ਅੰਦੋਲਨ ਤੋਂ ਬਾਅਦ ਜਿਹੜਾ ਸਾਡੇ ਪੰਜਾਬ ਦੇ ਵਿੱਚ ਪੰਜਾਬੀਆਂ ਦਾ ਤੇ ਸਿੱਖਾਂ ਦਾ ਤੇ ਅੰਦੋਲਨਕਾਰਾਂ ਦਾ ਇੱਕ ਰੁਤਬਾ ਬਣਿਆ ਸੀ ਬਹੁਤ ਉੱਚਾ ਰੁਤਬਾ ਦੁਨੀਆ 'ਚ ਉਹਨੂੰ ਪੰਚਰ ਕਰਨਾ ਸੀ ਕਿਉਂਕਿ ਉਹਨੇ ਸਿੱਧਾ-ਸਿੱਧਾ ਮੋਦੀ ਸਰਕਾਰ ਨੂੰ ਤੇ ਖਾਸ ਕਰਕੇ ਮੋਦੀ ਜੀ ਨੂੰ ਨਿੱਜੀ ਤੌਰ ਤੇ ਇੱਕ ਡਾਊਨ ਕੀਤਾ ਸੀ ਹਾਂਜੀ ਕਹਿ ਲਓ ਉਹਨਾਂ ਨੂੰ ਇਹ ਨਮਾਇਸੀ ਤੁਹਾਡੀ ਗੱਲ ਕੋਈ ਪੱਥਰ ਤੇ ਲਕੀਰ ਨਹੀਂ ਹੁੰਦੀ ਅਸੀਂ ਪੱਥਰ ਨੂੰ ਵੀ ਪਾਣੀ ਬਣਾ ਦਿੰਦੇ ਆ ਇਹ ਗੱਲ ਕਿਸਾਨਾਂ ਨੇ ਕੀਤੀ ਹੁਣ ਉਸ ਨੂੰ ਵੀ ਡਾਊਨ ਕਰਨ ਲਈ ਇੱਕ ਤੇ ਇਹ ਸੀ ਦੂਜਾ ਜਿਹੜਾ ਇਹਦੇ ਨਾਲੋਂ ਵੀ ਵੱਡੀ ਮੰਸਾ ਕੇਂਦਰ ਦੀ ਇਹ ਸੀ ਕਿ ਇਹ ਤੇ ਥੋੜੇ ਜਿਹੇ ਹੈਗੇ ਆ ਇਹਨਾਂ ਦੀਆਂ ਵੋਟਾਂ ਪਤਾ ਨਹੀਂ ਆਉਣੀਆਂ ਕਿ ਨਹੀਂ ਆਉਣੀਆਂ ਜਿਹੜੀਆਂ ਆਉਣੀਆਂ ਉਹਨਾਂ ਨੂੰ ਪੋਲਰਾਈਜ਼ ਕਰਕੇ ਉਹ ਆਈ ਜਾਣੀਆਂ ਤੇ ਬਾਕੀ ਸਾਰੇ ਸੂਬਿਆਂ ਚ ਤੇ ਇਹਨਾਂ ਦਾ ਅਸੀਂ ਇਸ ਮਸਾਲੇ ਨੂੰ ਵੇਚ ਕੇ ਇਸ ਸਾਰੇ ਲਾਲਾ ਹਾਹਾ ਲੋਕ ਖਬਰਾਂ ਚ ਐਡੀਟੋਰੀਅਲ ਤੱਕ ਲਿਖ ਰਹੇ ਆ ਹੋਰ ਗੱਲਾਂ ਕਰ ਰਹੇ ਆ ਕਿੰਨੀਆਂ ਗੱਲਾਂ ਮੀਡੀਆ ਨੇ ਵੀ ਭੇਜੀਆਂ ਸਵੇਰ ਦੀਆਂ ਕਿੰਨਿਆਂ ਨੇ ਅੱਜ ਅਸੀਂ ਪ੍ਰੋਟੈਸਟ 17 ਸੈਕਟਰ ਚ ਬਾਈ ਦਾਵੇ ਵੱਡਾ ਪ੍ਰੋਟੈਸਟ ਕੀਤਾ ਸਭ ਕਿਸਮ ਦੇ ਲੋਕ ਆਏ ਉਹਦੇ ਚ ਹਰ ਧਰਮ ਦੇ ਹਰ ਮਜ਼ਬ ਦੇ ਹਰ ਪੋਲਿਟਿਕਸ ਦੇ ਹਰ ਸੋਚ ਦੇ ਲੋਕ ਆਏ ਤੇ ਚੰਗਾ মিডিਆ ਦਾ ਵੀ ਜਵਾਬ ਰਐ ਸੀ ਤੇ ਅਸੀਂ ਇਹ ਸਾਰਾ ਜੋ ਪੰਜਾਬ ਦੇ ਵਿੱਚ ਹੋ ਰਿਹਾ ਉਹਦੇ ਵੱਡਾ 2 ਘੰਟੇ ਚੰਗਾ ਇੱਟਸ ਆਪਾਂ ਕੀਤਾ ਔਰ ਉਹਦਾ ਰੂਪ ਪ੍ਰਗਟ ਕੀਤਾ ਕਿ ਇਹ ਪੰਜਾਬ ਦੀ ਸ਼ਾਂਤੀ ਨੂੰ ਪਾਗ ਕਰਨਾ ਤੇ ਪੰਜਾਬ ਦੇ ਇੱਜ਼ਤ ਪੰਜਾਬੀਆਂ ਦੀ ਇੱਜ਼ਤ ਆਬਰੂ ਦੀ ਕੀਮਤ ਦੇ ਉੱਤੇ 2024 ਦੇ ਵਿੱਚ ਰਾਜਨੀਤਿਕ ਰੋਟੀਆਂ ਸੈਕੰਡਲੀ ਇਥੇ ਸਾਨੂੰ ਇਕ ਬਾਲਣ ਦੇ ਰੂਪ ਦੇ ਵਿੱਚ ਵਰਤਣਾ ਅਸੀਂ ਇਹਨੂੰ ਇਜਾਜ਼ਤ ਨਹੀਂ ਦੇਵਾਂਗੇ ਬਹੁਤ ਅੱਛਾ ਪ੍ਰੋਟੈਸਟ ਸੀਗਾ ਇਹ ਇਹ ਆਪਾਟ ਮੈਂ ਇਹ ਕਹਿ ਰਿਹਾ ਕਿ ਅਸੀਂ ਤੇ ਜ਼ੋਰ ਲਾ ਰਹੇ ਹਾਂ ਲਾ ਰਹੇ ਹਾਂ ਭਗਵੰਤ ਮਾਨ ਹੁਣਾ ਨੂੰ ਜੋ ਅੱਜ ਦਿਖ ਗਿਆ ਅਚਾਨਕ 6 ਮਹੀਨੇ ਕਿਉਂ ਨਹੀਂ ਦਿਖਿਆ ਅੱਖਾਂ 'ਚ दारू ਪੈਣ ਵਾਲਾ ਸੀ ਜਾਂ ਕੰਨਾਂ ਦੇ ਵਿੱਚ ਮੈਲ ਕੱਢਣ ਵਾਲੀ ਸੀ ਕੀ ਕਾਰਨ ਸੀਗਾ ਕਿਉਂਕਿ ਹੋ ਸਕਦਾ ਸਾਨੂੰ ਸ਼ੱਕ ਹੈ ਕਿ ਕੇਂਦਰ ਵਾਲਿਆਂ ਨੇ ਇਹਨਾਂ ਨੂੰ ਕੁਝ ਕਿਹਾ ਨਹੀਂ ਰਾਦ ਨੂੰ ਉਹਨਾਂ ਨੇ ਇਹ ਕੀ ਹੁਣਾਇ ਮੁੰਡੇ ਦਾ ਕੀ ਆ ਜਿੱਦਣ ਮਰ ਜੀ ਆਪਾਂ ਠੋਕ ਦੇਾਂਗੇ ਤੁਸੀਂ ਬਹੁਤੀ ਚਿੰਤਾ ਨਾ ਕਰੋ ਲੱਗੇ ਰਹਿਣ ਦਿਓ ਇਹਨੇ ਲੱਗੇ ਰਹਿਣ ਦਿੱਤਾ ਇਹ ਸੋਚਿਆ ਹੀ ਨਹੀਂ ਕਿ ਕੱਲ ਨੂੰ ਕੀਮਤ ਦੇਣੀ ਪਊਗੀ ਇਸ ਗਾਂ ਦੀ ਅੱਜ ਕਿੰਨੀ ਥੂ 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 ਹੋ ਰਹੀ ਆ ਪੰਜਾਬ ਸਰਕਾਰ ਦੀ ਤੇ ਪੰਜਾਬ ਪੁਲਿਸ ਦੀ ਤੁਸੀਂ ਅੰਦਾਜ਼ਾ ਨਹੀਂ ਲਾ ਸਕਦੇ ਹੁਣ ਪੰਜਾਬ ਪੁਲਿਸ ਦੀ ਹਾਲਾਤ ਇਹ ਦੇਖ ਲਓ ਮੈਂ ਗੱਲ ਖਤਮ ਕਰਦਾ ਫਿਰ ਤੁਹਾਡਾ ਕੋਈ ਸਵਾਲ ਲੈ ਲਾਂਗੇ ਪੰਜਾਬ ਪੁਲਿਸ ਦੀ ਹਾਲਤ ਇਹ ਹੈ ਕਿ ਜੇ ਤੇ ਫੜ ਲੈਂਦੇ ਤਾਂ ਵੀ ਮਰਦੇ ਕਿਉਂਕਿ ਪੰਜਾਬ ਸਰਕਾਰ ਨੂੰ ਜਾਂ ਆਮ ਆਦਮੀ ਪਾਰਟੀ ਨੂੰ ਕਹ ਲਓ ਸਰਕਾਰ ਨੂੰ ਕੀ ਆਉਣ ਵਾਲੇ ਸਮੇਂ 'ਚ ਸਿੱਖਾਂ ਦੀਆਂ ਵੋਟਾਂ ਦਾ ਵੱਡਾ ਘਾਟਾ ਪੈਣਾ ਸੀ ਤੇ ਇੱਕ ਜਿਹੜਾ ਉਹਨਾਂ ਨੂੰ ਐਨਆਰਆਈਆਂ ਤੋਂ ਮੜਾ-ਮੋਟਾ ਫੰਡ ਦਾ ਉਮੀਦ ਬਣੀ ਰਹਿੰਦੀ ਆ ਉਹ ਵੀ ਉਹ ਤੇ ਵੈਸੇ ਵੀ ਨਹੀਂ ਮਿਲਦੇ ਹੁਣ ਉਹ ਹੋਰ ਵੀ ਜਮਾਂ ਹੀ ਜਾਂਦੀ ਲੱਗਦੀ ਸੀ ਜੇ ਉਹ ਫੜ ਨਹੀਂ ਫੜਦੇ ਤਾਂ ਫੇਰ ਵੀ ਪੱਲੇ ਕੀ ਰਹਿੰਦਾ ਹੈ ਨਾ ਕਿ ਯਾਰ ਉਹ ਜਿਹੜੀ ਜਸਟਿਸ ਛੇਖਵਤ ਨੇ ਕਿਹਾ ਕਿ ਤੁਸੀਂ 80000 ਰੋਟੀਆਂ ਪਾੜਨ ਲਈ ਆ। ਕਿ ਤੁਹਾਡੇ ਤੁਹਾਡੇ ਕੋਲ ਇੱਕ ਬੰਦਾ ਨਹੀਂ ਪੜਿਆ ਗਿਆ ਆਟੋ ਤੇ ਬਹਿ ਕੇ ਭੱਜ ਗਿਆ। ਉਹਦਾ ਬਾਸ ਤੇ ਬਹਿ ਕੇ ਭੱਜ ਗਿਆ ਜਾਨੀ ਜਿਵੇਂ ਹੂਟੇ ਲੈਂਦਾ ਫਿਰਦਾ ਹੋਵੇ ਲਗ ਲਗ ਚੀਜ਼ਾਂ ਨੇ। ਇਸ ਲਈ ਇਹਨਾਂ ਦੀ ਤੇ ਜਿਹੜੀ ਜਾਨੀ ਕਹਿ ਲੋ ਹਾਨੀ ਹੋਣੀ ਸੀ ਜਿਹੜੀ ਵੀ ਸਾਰੀ ਲੋਕਾਂ ਦੇ ਵਿੱਚ ਥੂ ਥੂ ਹੋਣੀ ਸੀ ਉਹ ਤੇ ਗਈ ਹੋ। ਕੇਂਦਰ ਨੇ ਜਿੰਨਾ ਕੁ ਫਾਇਦਾ ਲੈਣਾ ਸੀ ਸਭ ਤੋਂ ਵੱਧ ਉਹਨਾਂ ਨੇ ਲਿਆ ਲੱਗਦਾ ਏ ਆ ਸਾਨੂੰ ਕਿ ਇਹ ਸਾਰੀ ਪਲੈਨਿੰਗ ਤੇ ਥਾਪੜਾ ਕੇਂਦਰ ਵੱਲੋਂ ਸੀ ਜਿਸ ਦੇ ਟਰੈਪ ਦੇ ਵਿੱਚ ਭਗਵੰਤ ਮਾਨ ਹੁਣੀ ਆ ਗਏ ਕਾਰਨ ਕੁਛ ਵੀ ਹੋਣ ਤੇ ਹੁਣ ਇਹਨਾਂ ਦਾ ਹੀ ਜਿੰਨਾ ਭੂਤ ਜਾਂਦਾ ਜਾਂਦਾ ਬਨੇਰਾ ਟਾ ਜਾਂਦਾ ਹੈ ਨਾ ਇਹਨਾਂ ਦਾ ਹੀ ਕੰਮ ਕਰਕੇ ਤੇ ਉਹ ਆਉ ਗਏ ਤੇ ਆਉ ਗਏ ਤੇ ਕੇਂਦਰ ਨੇ ਜਿੰਨਾ ਕੁ ਸਾਰੇ ਦੇਸ਼ 'ਚ ਫਾਇਦਾ ਲੈਣਾ ਸੀ ਸਾਡੇ ਵਿਰੁੱਧ ਪ੍ਰਚਾਰ ਕਰਕੇ ਕਿ ਸਿੱਖ ਹੈ ਇਸ ਤਰ੍ਹਾਂ ਦੇ ਸਿੱਖ ਇਸ ਤਰ੍ਹਾਂ ਦੇ ਟੈਕ ਦੇ ਨਹੀਂ ਇਹ ਦੇਸ਼ ਇਹ ਦੇਸ਼ ਦੀ ਚੁਣੀ ਹੋਈ ਸਰਕਾਰ ਨੂੰ ਚੁਣੌਤੀਆਂ ਦਿੰਦੇ ਆ ਇਹ ਖਾਲਸਾ ਦਾ ਦੇਸ਼ ਦੇ ਵਿੱਚ ਦੇ ਟੁਕੜੇ-ਟੁਕੜੇ ਕਰਨਾ ਜੋ ਵੀ ਜਿੰਨਾ ਜਿੰਨੇ ਮੂੰਹ ਉਂਦੀਆਂ ਹੀ ਗੱਲਾਂ ਉਹ ਸਾਰਾ ਉਹਨਾਂ ਨੇ ਧਰੂਵੀਕਰਨ ਕਰਨਾ ਸੀ ਵੋਟਾਂ ਦਾ ਉਹਦੇ 'ਚ ਉਹਨਾਂ ਨੇ ਫਾਇਦਾ ਕਾਫੀ ਹੱਦ ਤੱਕ ਲਿਆ ਜਿਉ ਤੱਕ ਮੈਂ ਜਿਵੇਂ ਕਹਿ ਰਿਹਾ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਇਹ ਗੱਲ ਕਹਿੰਦੇ ਨੇ ਕਿ ਪੰਜਾਬ ਨੂੰ ਅਫਗਾਨਿਸਤਾਨ ਨਹੀਂ ਬਣ ਦੇਣਾ ਮਤਲਬ ਕਿ ਹਾਲਾਤ ਸੁਖਾਵੇਂ ਰੱਖਣੇ ਨੇ ਪਰ ਤੁਸੀਂ ਦੇਖਿਆ ਕਿ ਪੱਤਰਕਾਰਾਂ ਤੇ ਸਿਕੰਜਾ ਐਕਟਿਵਿਸਟ ਨੇ ਉਹਨਾਂ ਤੇ ਸਿਕੰਜਾ ਜਾਂ ਪੁਲਿਸ ਸੀਆਈਡੀ ਜਿਹੜੀ ਉਹ ਕਰਦੀ ਫਿਰਦੀ ਆ ਕਿ ਕਿਹੜਾ ਬੰਦਾ ਕਿੱਥੇ ਕਦੋਂ ਬੋਲ ਰਿਹਾ ਕਿਉਂ ਬੋਲ ਰਿਹਾ ਜਾਂ ਜਿਹੜੀਆਂ ਖਬਰਾਂ ਨੇ ਉਹਨਾਂ ਨੂੰ ਮਤਲਬ ਕਿ ਲੀਗਲ ਤੌਰ ਦੇ ਉੱਤੇ ਉਹਨਾਂ ਤੇ ਐਕਸ਼ਨ ਲਿਆ ਜਾਂਦਾ ਕੀ ਇਹ ਮੀਡੀਆ ਦੀ ਆਜ਼ਾਦੀ ਤੇ ਹਮਲਾ ਨਹੀਂ ਜਾਂ ਇੱਕ ਆਮ ਜਿਵੇਂ ਰਾਈਟ ਟੂ ਫਰੀडम ਜਿਹੜਾ ਆ ਉਹਦੇ ਉੱਤੇ ਹਮਲਾ ਨਹੀਂ ਅੱਜ ਜਿਸ ਪ੍ਰੋਟੈਸਿਸ ਇਸੇ ਤੇ ਵੀ ਕੀਤਾ ਨਾ ਇਹ ਵੱਡੀ ਮੰਗ ਸੀ ਸਾਡੀ ਕਿ ਕਿਸੇ ਦਾ ਤੁਸੀਂ ਟਵਿੱਟਰ ਹੈਂਡਲ ਕਰ ਰਹੇ ਕਿ ਬੰਦ ਕਰ ਰਹੇ ਆ ਕਿਸੇ ਦਾ ਤੁਸੀਂ ਸੋਸ਼ਲ ਮੀਡੀਆ ਬੰਦ ਕਰ ਰਹੇ ਆ ਕਿਸੇ ਦਾ ਕੋਚ ਕਿਸੇ ਦੇ ਘਰ ਪੁਲਿਸ ਭੇਜ ਰਹੇ ਆ ਤੇ ਮੀਡੀਆ ਨੂੰ ਜੇ ਤੁਸੀਂ ਡਰਾਤਾ ਨੂੰ ਦੇਖੋ ਇਹ ਬੰਦੇ ਜਿਹੜੇ ਮੀਡੀਆ ਸਰਕਾਰੀ ਮੀਡੀਆ ਸਰਕਾਰੀ ਬੰਦੇ ਮੀਡੀਆ ਦੇ ਸਰਕਾਰ ਵੱਲੋਂ ਹੁੰਦੇ ਆ ਜਿਹੜਾ ਪੀਆਰਓ ਡਿਪਾਰਟਮੈਂਟ ਹੁੰਦਾ ਉਹ ਹੀ ਨੀ ਮੰਨਤਬ ਕੇ ਮਾਰਦੇ ਪਤੇ ਕੀ ਹਾਦੂ ਹੋ ਗਈ ਤੁਸੀਂ ਪੰਜਾਬ ਵੀ ਨਹੀਂ ਹੈਗੇ ਪੰਜਾਬ 'ਚ ਨਹੀਂ ਰਹਿਣਾ ਹੁੰਦਾ ਇੱਥੇ ਹੀ ਰਹਿਣਾ ਸਰਕਾਰਾਂ ਤੇ ਆਉਂਦੀਆਂ ਰਹਿਣੀਆਂ ਜਾਂਦੀਆਂ ਰਹਿਣੀਆਂ ਐਡੀ ਅੱਤ ਚੁੱਕਣ ਵਾਲੀ ਖੜੀ ਗੱਲ ਆ ਐਡਾ ਕਿਹੜਾ ਤੁਸੀਂ ਕਦੂ 'ਚ ਤੀਰ ਮਾਰਤਾ ਤੁਸੀਂ ਤਾਂ ਨੂੰ ਥੁੱਕਣਾ ਚਾਹਦੇ ਤੇ ਥੁੱਕਣਾ ਸ਼ੁਰੂ ਕਰਤਾ ਇਹ ਗੱਲਾਂ ਮਾਰੀਆਂ ਹੈਗੀਆਂ ਇੰਨਾ ਕਮਾਂਡ ਨਾ ਕਰੋ ਇੰਨਾ ਕੁਝ ਕੀਤਾ ਨਹੀਂ ਅਜੇ ਲੋਕ ਬੜੇ ਸਤੇ ਹੋਏ ਆ ਆਪਣੀ ਇੱਕ ਤਾਂ ਨੂੰ ਜ਼ਿੰਮੇਵਾਰੀ ਦਿੱਤੀ ਆ ਉਸ ਦਾ ਅੱਦਬ ਕਰੋ ਸਤਿਕਾਰ ਕਰੋ ਤੁਹਾਨੂੰ ਲੋਕਾਂ ਨੇ ਮੌਕਾ ਦਿੱਤਾ ਉਹਦਾ ਫਾਇਦਾ ਲੈ ਕੇ ਜੇ ਬਹੁਤਾ ਨਹੀਂ ਕੁਝ ਕਰਦੇ ਤੇ ਕੱਟੂਕਟ ਮਿਹਰਬਾਨੀ ਕਰਕੇ ਉਲਟੇ ਕੰਮ ਨਾ ਕਰੋ ਜੇ ਸਿੱਧੇ ਕੰਮ ਜਿਹੜੇ ਕਰਨ ਦੇ ਵਾਅਦੇ ਕੀਤੇ ਜੇ ਨਹੀਂ ਹੁੰਦੇ ਤੇ ਕੱਟੂਕਟ ਤੰਗ ਪਰੇਸ਼ਾਨ ਤੇ ਨਾ ਕਰੋ ਲੋਕ ਤੇ ਪਹਿਲਾਂ ਹੀ ਤੰਗ ਆ ਜਿਹੜਾ ਮੈਂ ਸੁਣਿਆ ਪਾਛਣ ਤੁਸੀਂ ਜਿਹੜਾ ਮੇਰੇ ਤੋਂ ਕਮੈਂਟ ਭਗਵੰਤ ਮਾਨ ਭਰੇ ਚੋਂ ਨੇ ਉਹ ਕਹਿੰਦੇ ਸੀ ਅਸੀਂ ਤੇ ਲੋਕਾਂ ਨੂੰ ਕੰਪਿਊਟਰ ਦੇਣਾ ਚਾਹੁੰਦੇ ਆ ਲੋਕਾਂ ਦੇ ਹੱਥਾਂ 'ਚ ਕਿਤਾਬਾਂ ਦੇਣਾ ਚਾਹੁੰਦੇ ਆ ਕਾਪੀਆਂ ਦੇਣਾ ਚਾਹੁੰਦੇ ਆ ਪੜਾਉਣਾ ਚਾਹੁੰਦੇ ਆ ਵੱਡੇ ਅਫਸਰ ਬਣਾਉਣਾ ਚਾਹੁੰਦੇ ਆ ਤੇ ਅੱਜ ਉਥੇ ਪਤਾ ਨਹੀਂ ਉਹ ਗੱਲ ਸੱਚੀ ਆ ਕਿ ਨਹੀਂ ਲਾਈਵ ਹੋ ਕੇ ਖੈਰਾ ਹੋਣਾ ਨੇ ਕਈ ਹੈ ਕਿ ਕਿਨਾ ਪੂਰਾ ਖੈਰੇ ਦਾ ਸੁਖਪਾਲ ਸਿੰਘ ਖੈਰਾ ਸੁਖਪਾਲ ਮੇਰੇ ਮੂੰਹ 'ਚੋ ਭੁੱਲ ਗਿਆ ਸੀ ਕਿਉਂਕਿ ਖੈਰਾ ਹੀ ਕਹਿੰਦੇ ਆ ਸੀ ਜਿਆਦਾ ਸੁਖਪਾਲ ਸਿੰਘ ਖੈਰਾ ਹੋਣਾ ਨੇ ਇਨਾਂ ਦੇ ਇੱਕ ਐਮਐਲਏ ਦਾ ਉਹ ਪੂਰੀ ਗੱਲ ਦਾ ਪਤਾ ਲੱਗ ਜੂ ਹਜੇ ਰੇਡ ਹੋ ਰਿਆ ਸੀਗਾ ਕਿ ਉਹਦੀ ਜਗ੍ਹਾ ਕੋਈ ਪ੍ਰੌਕਸੀ ਬਟਾਲੇ ਦੇ ਵਿੱਚ ਪੇਪਰ ਅੱਜ ਇੰਗਲਿਸ਼ ਦਾ ਦੇ ਰਿਆ ਸੀ ਤੇ ਉਹ ਕਹਿ ਰਹੇ ਸੀ ਕਿ ਪਹਿਲੇ ਤਿੰਨ ਪੇਪਰ ਵੀ ਕਿਸੇ ਹੋਰ ਨੇ ਦਿੱਤੇ ਆ ਤੇ ਸਰਟੀਫ ਉਹ ਪੂਰੀਆਂ ਲਿਸਟਾਂ ਸਾਰਾ ਰੇਡ ਹੋਇਆ ਹੋਇਆ ਸੀਗਾ ਉਹ ਇਹੀ ਗੱਲ ਕਹਿ ਰਹੇ ਸੀ ਵੀ ਆ ਆ ਰਿਹਾ ਹੈ ਦਿੱਲੀੋਂ ਮਾਡਲ ਐਜੂਕੇਸ਼ਨ ਦਾ ਤੇ ਪੜਾਉਣ ਦਾ ਖੈਰ ਉਹ ਹੁਣ ਪਤਾ ਨਹੀਂ ਅਜੇ ਕੱਲ ਤੱਕ ਖਬਰਾਂ 'ਚ ਆ ਜੂ ਕਿ ਉਹਦੇ ਅਸਲ 'ਚ ਨਿਕਲੀ ਕੀ ਗੱਲ ਤੇ ਕੀ ਨਹੀਂ ਨਿਕਲੀ ਪਰ ਉਹ ਰੌਲਾ ਉੱਥੇ ਪੂਰਾ ਇਨ੍ਹਾਂ ਗੱਲਾਂ ਦਾ ਕਰਮ ਸੀ ਇਹ ਅਪਾਰਟ ਤੁਸੀਂ ਜਰੂਰ ਪੜਾਓ ਸਾਡੀ ਵੱਲੋਂ ਜੇ ਤੁਸੀਂ ਕਹੋ ਤੇ ਅਸੀਂ ਮੁਫਤ ਕਲਾਸਾਂ ਵੀ ਲੈ ਲੈਂਦੇ ਆ ਸਾਨੂੰ ਦੇ ਦਿਓ 2-4 ਸਕੂਲ ਸਾਨੂੰ ਕੋਈ ਨਹੀਂ ਸਾਨੂੰ ਚੰਗਾ ਲੱਗੂਗਾ ਸਾਡਾ ਸਾਡੇ ਕੋਲ ਜਿਹੜੀ ਸਾਡਾ ਸਰਮਾਇਆ ਤੇ ਇਹੀ ਆ ਪੜ੍ਹਾਈ ਪੜ੍ਹਾਈ ਕੀਤੀ ਤੇ ਪੜਾਇਆ ਅਸੀਂ ਹੋਰ ਪੜਾ ਦੇਾਂਗੇ ਕਿਹਨੂੰ ਕੋ ਯੂਨੀਵਰਸਿਟੀ 'ਚ ਪੜ੍ਹਾਣੇ ਮੁਫਤ ਪੜ੍ਹਾਵਾਂਗੇ ਕਰ ਆਪਣਾ ਪੈਟਰੋਲ ਗੱਡੀ ਦਾ ਖਰਚ ਕੇ ਜਾਵਾਂਗੇ ਕੁਝ ਨਹੀਂ ਮੰਗਦੇ ਜੀਰੋ ਪੈਸਾ ਵੀ ਨਹੀਂ ਮੰਗਦੇ ਅਸੀਂ ਸਰਟੀਫਿਕੇਟ ਵੀ ਨਹੀਂ ਮੰਗਦੇ ਬਥੇਰੀ ਉਮਰ ਜੀ ਲਈ ਆਈ ਤੇ ਉਹਨਾਂ ਅੱਗੇ ਨੂੰ ਦੇਖਦੇ ਆ ਇਸ ਲਈ ਅੱਗੇ ਕੀਤਾ ਵੀ ਆ ਮੈਂ ਸਗੋਂ ਮੇਰਾ ਸਮਾਨ ਚੱਕ ਕੇ ਬਾਹਰ ਸੁੱਟਦਾ ਸੀ ਵੀ ਸਾਨੂੰ ਇਹੋ ਜਿਹੇ ਬੰਦੇ ਨਹੀਂ ਚਾਹੀਦੇ ਇਹਨਾਂ ਦਾ ਤੇ ਪਤਾ ਨਹੀਂ ਕਿਹੜੇ ਵੇਲੇ ਖਿਲਰ ਜਾਣਾ ਲਿਟਰਲੀ ਸਮਾਨ ਚੱਕ ਕੇ ਮੇਰਾ ਦਫਤਰ ਚੋਂ ਬਾਹਰ ਰੱਖਦਾ ਸੀਗਾ ਉਹ ਵੀ ਸੀ ਕੋਈ ਆਰਐਸਐਸ ਦਾ ਆਇਆ ਹੋਇਆ ਸੀ ਉਹਨੂੰ ਅਸੀਂ ਸਿਖਾਉਂਦੇ ਨਹੀਂ ਸੀ ਮੈਂ ਤਾਂ ਵੀ ਇਹ ਗੱਲ ਕਹਿਣੀ ਚਾਹੁੰਨਾ ਆ ਅਸੀਂ ਕੋਈ ਇਹ ਪਾਰਟੀਆਂ ਦੇ ਜਾਂ ਸਰਕਾਰਾਂ ਦੇ ਕੋਈ ਇਹ ਠੇਕਾ ਥੋੜੀ ਲੈ ਕੇ ਉਹਨਾਂ ਦੇ ਵਿਰੋਧੀ ਬੋਲੀ ਜਾਣਾ ਸਾਡੀ ਕੋਈ ਐਸੋ ਜੀ ਮਨਸਿਕਤਾ ਨਹੀਂ ਹੈ ਪਰ ਮੇਰੇ ਵੀਰ ਤੁਸੀਂ ਸਾਨੂੰ ਇਸ ਗੱਲ ਦਾ ਤੇ ਜਵਾਬ ਦਿਓ ਕਿ ਇਹ 6 ਮਹੀਨਿਆਂ ਚ ਤੁਸੀਂ ਤੁਹਾਡੀ ਇੰਟੈਲੀਜੈਂਸ ਨੇ ਤੇ ਪੁਲਿਸ ਜਾਂ ਪਹਿਲਾਂ ਕਿਉਂ ਨਹੀਂ ਪਹਿਲੇ ਦਿਨ ਰੋਕਣ ਦੀ ਕੋਸ਼ਿਸ਼ ਕੀਤੀ ਜਾਂ ਸਾਨੂੰ ਦੱਸ ਦਿਓ ਕਿ ਤੁਸੀਂ ਆ ਆ ਕੋਸ਼ਿਸ਼ ਕੀਤੀ ਸੀ ਸਾਡੇ ਕੋਲ ਰੁਕੇ ਨਹੀਂ ਜਿਵੇਂ ਹੁਣ ਤੁਹਾਡੇ ਕੋ ਫੜਿਆ ਨਹੀਂ ਗਿਆ ਫੜਨਾ ਚਾਹੁੰਦੇ ਸੀ ਤੁਸੀਂ ਤੇ ਇਹਦੇ ਜਗਜਾਹ ਹੋ ਗਿਆ ਸਾਰਾ ਪਤਾ ਲੱਗ ਗਿਆ ਹੁਣ ਰੋਜ਼ ਤੁਸੀਂ ਸੀਸੀਟੀਵੀ ਕੈਮਰੇ ਦੀ ਫੁਟੇਜ ਦਿਖਾਉਣੇ ਆਏ ਨੂੰ ਚਲਾ ਗਿਆ ਆਏ ਨੂੰ ਚਲਾ ਗਿਆ ਆਏ ਨੂੰ ਚਲਾ ਗਿਆ ਤੁਸੀਂ ਪਹਿਲੇ 6 ਮਹੀਨੇ ਕਿੱਥੇ ਸੁੱਤੇ ਸੀ ਜਦੋਂ ਇਹ ਸਾਰਾ ਵਾਬ ਰੋਲਾ ਉੱਠ ਰਿਹਾ ਸੀ ਜਦੋਂ ਇਹ ਪਿੱਛੇ ਟ੍ਰੇਨਿੰਗ ਹੋ ਰਹੀ ਸੀ ਜਦੋਂ ਇਹ ਹਥਿਆਰ ਆ ਰਹੇ ਸੀਗੇ ਹੁਣ ਨਜਾਇਜ਼ ਹਥਿਆਰ ਗੋਲੀਆਂ ਦੇ ਪਹਿਲਾਂ ਨਹੀਂ ਸੀ ਰੋਲ ਸਟੇਜਾਂ 'ਤੇ ਤੁਹਾਨੂੰ ਦੇਖਦੀਆਂ ਇਹਦਾ ਮਤਲਬ ਇਹ ਸੀ ਕਿ ਤੁਸੀਂ ਜਾਣ ਬੁੱਝ ਕੇ ਕਿਸੇ ਚੀਜ਼ ਨੂੰ ਵਨ ਪੰਡੇਰੀ ਜਿੱਤੇ ਪੰਜਾਬ ਦਾ ਨੁਕਸਾਨ ਕਰਾਉਣਾ ਚਾਹੁੰਦੇ ਹੁਣ ਤੁਹਾਨੂੰ ਇਹ ਅਫਗਾਨੀ ਲੱਗਦੇ ਆ ਹੁਣ ਤੁਹਾਨੂੰ ਇਹ ਟੈਰਰਿਸਟ ਲੱਗਦੇ ਆ ਹੁਣ ਤੁਹਾਨੂੰ ਐਉਂ ਲੱਗਦਾ ਕਿ ਅਸੀਂ ਪੰਜਾਬ ਦੇ ਵਿੱਚ ਸ਼ਾਂਤੀ ਦੇ ਪਹੁੰਚਿਆ ਤੁਸੀਂ ਹੀ ਇਸ ਸਾਰੀ ਪ੍ਰਸਥਿਤੀ ਨੂੰ ਖਰਾਬ ਕਰਨ ਦੇ ਜ਼ਿੰਮੇਵਾਰ ਆ ਕਿਉਂ ਨਹੀਂ ਆਪਣੇ ਮੂੰਹ ਤੇ ਆਪ ਚਪੇੜ ਮਾਰਦੇ ਪਏ ਤੁਸੀਂ ਸਾਨੂੰ ਕਹੋਗੇ ਕਿ ਐਸੀ ਕੀਤੀ ਆ ਖਰਾਬ ਅਸੀਂ ਤਾਂ ਪਹਿਲੇ ਦਿਨ ਹੀ ਕਹਿਤਾ ਸੀ ਇਹ ਗਲਤ ਗੱਲ ਯਾਦ ਕਰੋ 29 ਸਤੰਬਰ ਵਾਲੀ ਵੀਡੀਓ ਆਪਣੀ ਜੀ ਜੀ ਅਸੀਂ ਨਹੀਂ ਮੈਂ ਕੱਲਾ ਨਹੀਂ ਕਹਿ ਰਿਹਾ ਅਸੀਂ ਤੇ ਕਿਉਂਕਿ ਬੋਲ ਰਹੇ ਮੈਂ ਤਾਂ ਕਹਿ ਰਿਹਾ ਹਜ਼ਾਰਾਂ ਲੋਕਾਂ ਨੇ ਇਹ ਗੱਲ ਕਹੀ ਹੈ ਹਰ ਲੰਗ ਲੰਗ ਤਰੀਕੇ ਨਾਲ ਕਹੀ ਗਈ ਹੈ ਕਿ ਇਹ ਪੰਜਾਬੀਆਂ ਦਾ ਰਸਤਾ ਨਹੀਂ ਇਹ 빙ਗਾ ਪਹੂਆ بار بار ਪੀਲਾ ਪਰਤਾਇਆ ਹੋਇਆ بار بار ਅਸੀਂ ਧੋਖੇ ਖਾਦੇ ਆ ਨੁਕਸਾਨ ਕਰਾਇਆ ਕੋਈ ਵੀ ਤਬਦੀਲੀ ਚਾਹੀਦੀ ਆ ਉਹ ਉਹੋ ਹੀ ਤਰੀਕਾ ਹੈ ਜੋ ਕਿਸਾਨਾਂ ਨੇ ਪਿੱਛੇ ਅਪਣਾਇਆ ਸੀ ਹੋਰ ਕੋਈ ਤਰੀਕਾ ਨਹੀਂ ਔਰ ਉਹ ਹੀ ਇੱਕ ਕਾਮਯਾਬੀ ਦਾ ਮਾਤਰ ਰਸਤਾ ਵੀ ਹੈਗਾ ਤੇ ਉਹ ਤੇ ਉਸ ਪਾਸੇ ਨੂੰ ਕਿਉਂ ਨਹੀਂ ਤੋਰਿਆ ਇਹਨਾਂ ਲੋਕਾਂ ਨੇ ਜਾਂ ਕਿਉਂ ਨਹੀਂ ਸਮਝਾਇਆ ਜਾਂ ਫੜਨਾ ਸੀ ਤੇ ਉਦੋਂ ਕਿਉਂ ਨਹੀਂ ਫੜਿਆ ਹੁਣ ਐਡਾ ਜਿਹੜਾ ਅਡੰਬਰ ਚੋ ਇਸ ਕਰਕੇ ਨਹੀਂ ਕਿ ਬਹੁਤ ਵੱਡਾ ਕੁਝ ਇਥੇ ਉਹਨਾਂ ਨੇ ਹਮਲਾ ਕਰਤਾ ਜਾਂ ਬੰਦੇ ਮਾਰਦੇ ਉਹ ਇਸ ਕਰਕੇ ਕਿ ਇਹ ਗਬਾਰੇ ਨੂੰ ਉੱਪਰ ਚੜਾ ਕੇ ਖੂਬ ਪਹਿਲਾਂ ਚੜਨ ਦਿੱਤਾ 6 ਮਹੀਨੇ ਹੁਣ ਉਹਦੇ ਪਟਾਕੇ ਪਾਓਗੇ ਸਾਰਾ ਦੇਸ਼ ਦੇਖੂਗਾ ਦੁਨੀਆ ਦੇਖੂਗੀ ਕਿ ਇਹ ਕਿਹਦੇ ਪਟਾਕੇ ਫਟ ਰਹੇ ਆ ਕਿੱਥੇ ਕੀ ਹੋ ਰਿਹਾ ਤੇ ਉਥੇ ਚਰਚਾ ਛੜੂਗੀ ਕਿ ਇਹ ਬੰਦੇ ਆ ਜਿਹੜੇ ਦਿੱਲੀ ਤੇ ਹਮਲਾ ਕਰਨਾ ਚਾਹੁੰਦੇ ਸੀ ਆ ਬਦਨਾਮੀ ਸਾਰੇ ਪੰਜਾਬ ਨੂੰ ਭਗਵੰਤ ਮਾਨ ਜੀ ਲਿਆਉਣ ਦੇ ਤੁਸੀਂ ਜ਼ਿੰਮੇਵਾਰ ਕਿ ਤੁਸੀਂ ਵੇਲੇ ਸਿਰ ਐਕਸ਼ਨ ਨਹੀਂ ਕੀਤਾ ਜਦੋਂ ਅੰਮ੍ਰਿਤਸਰ ਨੂੰ ਲੋੜ ਸੀ ਉਦੋਂ ਉਹਨੇ ਬੰਦੇ ਵੀ ਆਪਣੇ 18 ਟੁਕੜੀਆਂ ਵੀ ਭੇਜਤੀਆਂ ਪੈਰਾ ਮਿਲਟਰੀ ਫੋਰਸ ਤੇ ਰੈਪਿਡ ਐਕਸ਼ਨ ਫੋਰਸ ਜੇਬ ਉਹ ਤੇ ਆਪਣੇ ਕਬਜ਼ੇ 'ਚ ਵੀ ਸਾਰੀਆਂ ਚੀਜ਼ਾਂ ਕੀਤੀਆਂ ਤੇ ਤੁਹਾਨੂੰ ਕੀ ਹੱਥ ਸੀ ਚੁੱਪ ਕਰਕੇ ਬੰਦੇ ਬਣ ਕੇ ਪਰਾਂ ਬਿਠੇ ਰਹੋ ਸਾਨੂੰ ਹੁਣ ਜੋ ਅਸੀਂ ਕਰਨਾ ਕਰਦੇਓ ਸਾਡਾ ਕੰਮ ਇੰਨਾ ਹੀ ਸੀ ਤੁਸੀਂ ਦੱਸੋ ਤੁਹਾਡੀ ਕੀ ਭੂਮਿਕਾ ਸੀ ਪਈ ਤੁਸੀਂ ਕਿਹੜੀਆਂ ਹੁਣ ਆਪਣੀਆਂ ਪਿੱਠ ਨੂੰ ਥਾਪੜਨਾ ਚਾਹੁੰਦੇ ਆਂ ਐਗ ਗੱਲਾਂ ਦੋਗਲੀਆਂ ਜਾਂ ਐਵੇਂ ਫੋਕੀਆਂ ਗੱਲਾਂ ਫੁਸਕੀਆਂ ਗੱਲਾਂ ਸਾਨੂੰ ਚੰਗੀਆਂ ਨਹੀਂ ਲੱਗਦੀ ਜੀ ਬਿਲਕੁਲ ਇਹੀ ਆ ਕਿ ਸਰਕਾਰ ਕਹਿੰਦੀ ਹੈ ਕਿ ਅਸੀਂ ਆਪਣੇ ਵੱਲੋਂ ਲੱਗੇ ਆਂ ਪੁਲਿਸ ਵੀ ਕਹਿੰਦੀ ਹੈ ਕਿ ਆਪਣੇ ਵੱਲੋਂ ਲੱਗੇ ਆਂ ਲੋਕ ਵੀ ਉਮੀਦ ਕਰਦੇ ਨੇ ਕਿ ਜੇ ਇਸ ਮਸਲੇ ਦੇ ਨਾਲ ਪੰਜਾਬ 'ਚ ਸ਼ਾਂਤੀ ਆ ਤਾਂ ਬਾਕੀ ਜਿੰਨੇ ਪੰਜਾਬ ਦੇ ਵਿੱਚ ਮਾਫੀਏ ਚੱਲਦੇ ਨੇ ਉਹਨਾਂ ਨੂੰ ਲੈ ਕੇ ਵੀ ਇਦਾਂ ਪਰ ਪਲ ਦੀ ਖਬਰ ਦਿਓ ਕਿ ਫਲਾਣਾ ਤਸਕਰ ਇੱਥੋਂ ਨਿਕਲਿਆ ਇੱਥੇ ਭੱਜਿਆ ਸੀ ਇੱਥੇ ਨੱਪ ਲਿਆ ਇੰਨੇ ਨੇ ਵੱਡੇ ਮਗਰਮੱਚ ਪੰਜਾਬ ਦੇ ਵਿੱਚ ਬੈਠੇ ਨੇ ਹਰ ਇੱਕ ਤਰ੍ਹਾਂ ਦਾ ਮਾਫੀਆ ਬੈਠਾ ਉਹਨਾਂ ਸਾਰਿਆਂ ਦੇ ਉੱਤੇ ਲੈ ਲਓ ਹੋਰ ਸਾਲ 2 ਸਾਲ ਲੈ ਲਓ ਪਰ ਇਦਾਂ ਇੱਕ ਇੱਕ ਕਰਕੇ 6 6 ਮਹੀਨਿਆਂ ਦੇ ਵਿੱਚ ਪੂਰੀ ਰਿਪੋਰਟ ਦੇ ਦਿਓ ਕਿ ਆ ਵੀ ਨੱਪਤਾ ਆ ਵੀ ਤੁੰਨਤਾ ਆ ਵੀ ਤੁੰਨਤਾ ਤਾਂ ਕਿ ਲੋਕਾਂ ਦਾ ਯਕੀਨ ਬੱਝਿਆ ਰਹੇ ਕਿ ਵਾਕਈ ਸਰਕਾਰ ਜਿਹੜੀ ਐ ਉਹ ਪੰਜਾਬ ਨੂੰ ਅਫਗਾਨਿਸਤਾਨ ਨਹੀਂ ਬਣਨ ਦੇਗੀ ਪੰਜਾਬ ਦੇ ਵਿੱਚ ਖੁਸ਼ਹਾਲੀ ਰੱਖੇਗੀ ਪੰਜਾਬ ਦੇ ਵਿੱਚ ਕਿਸੇ ਕੱਟੜਪੰਥੀ ਨੂੰ ਇਸ ਤਰੀਕੇ ਦੇ ਨਾਲ ਨਹੀਂ ਉਭਰਨ ਦੇਗੀ ਇਹ ਸਾਰੇ ਸਵਾਲ ਜਿਹੜੇ ਸਰਕਾਰ ਦੇਗੇ ਜਿਤ ਤੱਕ ਮੀਡੀਆ ਜਾਂ ਜਿਵੇਂ ਪ੍ਰੈਸ਼ਰ ਪੁਲਿਸ ਦਾ ਬਣਦਾ ਜਾ ਰਿਹਾ ਆ ਉਹਦੇ ਨਾਲ ਇਹ ਆ ਕਿ ਜੇ ਕੋਈ ਸਰਕਾਰ ਨੂੰ ਬਲੈਕਮੇਲ ਕਰਦਾ ਜਾਂ ਫਿਰ ਸਰਕਾਰ ਦੀ ਗਲਤ ਢੰਗ ਦੇ ਨਾਲ ਨੁਕਤਾਚੀਨੀ ਕਰਨ ਦੀ ਕੋਸ਼ਿਸ਼ ਕਰਦਾ ਇੰਟੈਂਸ਼ਨ ਹੋਵੇ ਉਸ ਤਰ੍ਹਾਂ ਦੀ ਤਾਂ ਯਕੀਨਨ ਤੌਰ ਤੇ ਉਹਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਆ ਪਰ ਜੇ ਕੋਈ ਸਰਕਾਰ ਨੂੰ ਸ਼ੀਸ਼ਾ ਦਿਖਾ ਰਿਹਾ ਹੈ ਗਲਤ ਨੂੰ ਗਲਤ ਕਹਿ ਰਿਹਾ ਸਹੀ ਨੂੰ ਸਹੀ ਕਹਿ ਰਿਹਾ ਤਾਂ ਉਸ ਨੂੰ ਆਪਣਾ ਜਿਹੜਾ ਫਰਜ਼ ਨਿਭਾਉਣ ਦਿਓ ਤੇ ਸਰਕਾਰ ਆਪਣੇ ਕੰਮ ਕਰੇ ਉਮੀਦ ਹੈ ਕਿ ਸਰਕਾਰ ਇਹ ਸਭ ਨੂੰ ਇੱਕ ਪੋਜ਼ਿਟਿਵ ਤਰੀਕੇ ਨਾਲ ਲਏਗੀ ਪ੍ਰੋਫੈਸਰ ਸਾਹਿਬ ਜਿੱਥੋਂ ਤੱਕ ਗੱਲ ਹੁਣ ਇਹ ਆ ਕਿ ਅਮਰਿਤਪਾਲ ਸਿੰਘ ਦੇ ਨਾਲ ਜਿਹੜਾ ਪੰਥਕ ਸਿਆਸਤ ਦਾ ਉਭਾਰ ਹੈ ਜਥੇਦਾਰ ਸਾਹਿਬ ਨੇ ਅਗਲੇ ਦਿਨਾਂ ਦੇ ਵਿੱਚ ਪੰਥਕ 71 ਦਾ 27 ਤਰੀਕ ਦੀ ਸੱਦੀ ਹੋਈ ਹੈ ਉਹਨੂੰ ਲੈ ਕੇ ਵੀ ਜਿਹੜੇ ਪੰਥਕ ਵਿਦਵਾਨ ਨੇ ਉਹਨਾਂ ਦੇ ਵਿੱਚ ਦੁਚਿੱਤੀ ਹੈ ਕਿ ਜੱਥੇਦਾਰ ਸਾਹਿਬ ਨੇ ਲੰਮਾ ਸਮਾਂ ਕਿਉਂ ਪਾਇਆ ਜਿਹੜਾ ਆਪਾਂ ਪਹਿਲਾਂ ਵੀ ਸਵਾਲ ਚੁੱਕਦੇ ਆ ਹੁਣ ਜੱਥੇਦਾਰ ਸਾਹਿਬ ਦੇ ਨਾਲ ਪੁਲਿਸ ਦੇ ਵੱਡੇ ਅਧਿਕਾਰੀ ਜਿਹੜੇ ਇੰਟੈਲੀਜੈਂਸ ਵਾਲੇ ਨੇ ਉਹਨਾਂ ਦੀਆਂ ਮੀਟਿੰਗਾਂ ਵੀ ਹੋ ਚੁੱਕੀਆਂ ਨੇ ਕਿ ਤੁਸੀਂ ਉਹਨੂੰ ਕਿਸ ਤਰੀਕੇ ਦੇ ਨਾਲ ਰੂਪਰੇਖਾ ਤਿਆਰ ਕਰ ਰਹੇ ਹੋ ਜੀ ਇਹ ਬੁਅਸਰ ਪੈਣਾ ਆ ਤੇ ਇਧਰੋਂ ਅਮਰਿਤਪਾਲ ਦੀ ਵੀ ਗੱਲ ਨਾਲ ਨਾਲ ਤੋਰੀ ਜਾ ਰਹੀ ਹੈ ਕਿਉਂਕਿ ਉਹ ਅਕਾਲੀ ਦਲ ਨੂੰ ਲੈ ਕੇ ਬਾਦਲ ਪਰਿਵਾਰ ਨੂੰ ਲੈ ਕੇ ਤੇ ਸ਼੍ਰੋਮਣੀ ਕਮੇਟੀ ਨੂੰ ਲੈ ਕੇ ਬਹੁਤ ਸਿੱਧੇ ਢੰਗ ਦੇ ਨਾਲ ਹਮਲਾਵਰ ਸੀ ਤੇ ਉਧਰੋਂ ਸ਼੍ਰੋਮਣੀ ਕਮੇਟੀ ਦੇ ਚੋਣਾਂ ਦੇ ਵੀ ਚਰਚਾ ਚੱਲਦੀ ਹੈ ਕਿ ਸ਼ਾਇਦ ਉਹ ਇਸ ਪਾਸੇ ਵੱਲ ਨੂੰ ਵੀ ਤਿਆਰੀ ਕਰ ਰਿਹਾ ਸੀਗਾ ਤੇ ਹੁਣ ਜਿਹੜੀ ਜੱਤਦਰ ਸਾਹਿਬ ਨੇ ਮੀਟਿੰਗ ਸੱਦੀ ਆ ਉਦੇ ਨਤੀਜਿਆਂ ਦੇ ਉੱਤੇ ਉਮੀਦ ਕੀਤੀ ਜਾ ਰਹੀ ਹੈ ਕਿ ਉਹ ਕਿਸ ਤਰ੍ਹਾਂ ਦੇ ਨਤੀਜੇ ਛੱਡਣਗੇ ਕਿਸ ਤਰ੍ਹਾਂ ਦਾ ਪ੍ਰਭਾਵ ਪੰਥਕ ਸਿਆਸਤ ਦੇ ਉੱਤੇ ਵੀ ਪਾਉਣਗੇ ਮਤਲਬ ਕਿਸੇ ਲਈ ਤਾਂ ਗਰਾਉਂਡ ਤਿਆਰ ਹੋਏਗਾ ਨਾ ਉਹ ਇਸ ਅਕਾਲੀ ਦਰ ਲਈ ਹੋਵੇ ਜਾਂ ਕਿਸੇ ਹੋਰ ਨਵੀਂ ਖੇਤਰੀ ਪਾਰਟੀ ਲਈ ਹੋ ਜੇ ਮੈਨੂੰ ਕੋਈ ਬਹੁਤੀ ਉਮੀਦ ਨਹੀਂ ਹੈ ਹੂੰ ਬੰਦੇ ਜਦ ਤੱਕ ਇਮਾਨਦਾਰੀ ਨਾਲ ਇੱਕ ਕਦਮ ਨਹੀਂ ਚੁੱਕਦੇ ਜਾਂ ਜਦੋਂ ਸੱਚ ਸੁਣਾਈ ਸੀ ਸੱਚ ਕੀ ਬੇਲਾ ਤੇ ਜਦੋਂ ਸੱਚ ਸੁਣਾਉਣ ਦਾ ਮੌਕਾ ਹੈਗਾ ਮੇਰੇ ਮੂੰਹ ਚ ਬੋਲਣਾ ਨਿਕਲ ਗਿਆ ਜਦੋਂ ਸੱਚ ਸੁਣਾਉਣ ਦਾ ਵੇਲਾ ਉਦੋਂ ਹੀ ਸੁਣਾਉਣਾ ਚਾਹੀਦਾ ਹੈਗਾ ਬਾਅਦ ਵਿੱਚ ਉਹਦਾ ਕੀ ਫਾਇਦਾ ਹੁਣ ਅੰਮ੍ਰਿਤਪਾਲ ਜੀ ਨੇ ਦੰਟਿਆ ਇਹ ਇਹ ਸਾਡੇ ਇਹੀ ਗਿਆਨੀ ਹਰਪ੍ਰੀਤ ਸਿੰਘ ਜੀ ਉਹਦੀਆਂ ਤਰੀਫਾਂ ਦੇ ਫੁੱਲ ਬੰਦਦੇ ਰਹੇ ਜੰਗ ਮੁੰਡਾ ਆਇਆ ਜੀ ਅੰਮ੍ਰਿਤਪਾਨ ਕਰਾ ਰਿਹਾ ਜੀ ਇਹਦੇ ਚ ਕਿਹੜੀ ਗਲਤੀ ਹੈ ਜੀ ਇਹ ਤੇ ਐਂਜਿਆ ਜੀ ਇਹ ਤੇ ਔਂਜਿਆ ਜੀ ਹੁਣ ਇਹ ਮਾਫੀ ਮੰਗਣਗੇ ਕਿ ਨਾ ਕੋਈ ਗਲਤੀ ਹੋਈ ਜਾਂ ਇਹਨਾਂ ਨੇ ਇਹ ਚੀਜ਼ ਨੂੰ ਧਿਆਨ ਚ ਨਹੀਂ ਰੱਖਿਆ ਇਹ ਬੱਚੇ ਸੀਗੇ ਇਹਨਾਂ ਨੂੰ ਪਤਾ ਨਹੀਂ ਕੀ ਹੋ ਰਿਹਾ ਕੀ ਬਿਆਨ ਦੇ ਰਿਹਾ ਸੀ ਪਤਾ ਨਹੀਂ ਉਹ ਕਿਹੜੀ ਰਾਜਨੀਤੀ ਲੈ ਕੇ ਆ ਰਿਹਾ ਸੀਗਾ ਕਿੰਨਾ ਕੋ ਉਹਨੇ ਪੰਜਾਬ ਲਈ ਇਹ ਤੇ ਰੰਗਲਾ ਪੰਜਾਬ ਬਣਾਉਣਾ ਸੀ ਭਗਵੰਤ ਮਾਨ ਦਾ ਇਸ ਲਈ ਜਿੱਥੇ ਗਲਤੀਆਂ ਆਏ ਕਾਵੇਂ ਸਾਡੇ ਆਪਣੇ ਬੱਚੇ ਹੋਣ ਕਾਵੇਂ ਕੋਈ ਹੋਰ ਵੀ ਹੋ ਉਹ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਦਾ ਵਕਤ ਸੇ ਪਹਿਲੇ ਦਿਨ ਤੋਂ ਇੰਟਰਵਿਨ ਕਰਨ ਦਾ ਫਰਜ਼ ਬਣਦਾ ਸੀ ਉਹਨਾਂ ਨੂੰ ਇਹ ਗੱਲ ਨਿਖੇੜ ਕੇ ਕਹਿਣੀ ਚਾਹੀਦੀ ਸੀ ਭਾਈ ਚੰਗਿਓ ਦੋਸਤੋ ਮਿੱਤਰੋ ਸਾਡੇ ਭਾਈ ਜਨੋ ਨੌਜਵਾਨੋ ਜਿਸ ਵੀ ਮਰਜ਼ੀ ਪਾਸ਼ਾ 'ਚ ਐਡਰੈਸ ਕਰਕੇ ਕਹਿੰਦੇ ਕਹਿਣਾ ਇਹ ਚਾਹੀਦਾ ਸੀ ਕਿ ਜਿੱਥੋਂ ਤੱਕ ਤੁਹਾਡਾ ਧਰਮ ਪ੍ਰਚਾਰ ਦਾ ਕੰਮ ਹੈ ਜਿੱਥੋਂ ਤੱਕ ਨਸ਼ੇ ਛਡਾਉਣ ਦਾ ਕੰਮ ਹੈ ਜਿੱਥੋਂ ਤੱਕ ਤੁਸੀਂ ਸਿੱਖੀ ਦੀ ਸੇਵਾ ਕਰਨਾ ਚਾਹੁੰਦੇ ਆ ਸਾਨੂੰ ਦੱਸੋ ਅਸੀਂ ਤੁਹਾਡੀ ਹੋਰ ਮਦਦ ਕਰੀਏ ਅਸੀਂ ਵੀ ਇਹੋ ਚਾਹੁੰਨੇ ਜੋ ਸਾਡੇ ਕੋ ਨਹੀਂ ਹੋਇਆ ਉਹ ਤੁਸੀਂ ਕਰੋ ਪਰ ਜਿਹੜੇ ਬਾਕੀ ਪਾਸਨ ਦੇ ਰਹੇ ਸੀ ਜਾਂ ਬਾਕੀ ਬੰਦੂਕਾਂ ਲਹਿਰਾ ਰਹੇ ਸੀ ਕਿ ਕੈਸੀ ਹੁਣ ਅਸੀਂ ਤੇ ਭਾਰਤ ਦੇ ਉਹ ਪਾਸਪੋਰਟ ਸਾਡਾ ਬਾਈ ਚਾਂਸ ਆ ਸਾਡਾ ਕੁਝ ਲੈਣਾ ਦੇਣਾ ਨਹੀਂ ਆਈ ਅਸੀਂ ਤੇ ਇੱਥੇ ਦੇ ਆ ਅਸੀਂ ਤੇ ਖਾਲਿਸਤਾਨ ਹੀ ਆਪਣਾ ਬਣਾ ਕੇ ਨਵੇਂ ਸਿਟੀਜ਼ਨਸ਼ਿਪ ਤਿਆਰ ਕਰਨੀ ਹੈ ਉਦੋਂ ਤੁਸੀਂ ਕਿਉਂ ਨਹੀਂ ਬੋਲੇ ਬੋਲੇ ਉਦੋਂ ਉਸ ਗੱਲ ਨੂੰ ਨਖੇੜ ਕੇ ਕਿਉਂ ਨਹੀਂ ਕਿਹਾ ਇਹ ਰਸਤਾ galt ਹੈ ਅਹੀਂ ਤੇ ਐਸਜੀਪੀਸੀ ਚੋਣਾਂ ਆ ਅਸੀਂ ਤੇ ਖੁਦ ਜਿਹੜਾ ਇੱਕ ਐਸਜੀਪੀਸੀ ਦਾ ਐਕਟ ਬਣਿਆ ਉਹਦੇ ਤਹਿਤ ਚੋਣਾਂ ਲੜ ਕੇ ਆਉਨੇ ਸਾਡਾ ਤੇ ਉਹਦੇ 'ਚ ਵਿਸ਼ਵਾਸ ਆ ਤੁਸੀਂ ਆ ਜਿਹੜੀਆਂ ਬਾਦੂ ਰਾਜਨੀਤਿਕ ਕਿਸਮ ਦੇ ਐਡਵੈਂਚਰਿਜ਼ਮ ਦੀਆਂ ਗੱਲਾਂ ਕਰਦੇ ਆ ਉਹਦਾ ਤੁਹਾਨੂੰ ਵੀ ਬੱਚੇ ਨੂੰ ਨੁਕਸਾਨ ਹੋਊਗਾ ਤੇ ਸਾਰੇ ਪੰਜਾਬੀਆਂ ਨੂੰ ਉਹਦੀ ਕੀਮਤ ਤਾਰ ਜੀ ਪਊਗੀ ਇਸ ਲਈ ਕਿਰਪਾ ਕਰਕੇ ਉਹ ਕੰਮ ਨਾ ਕਰੋ ਜਿਹੜਾ ਤੁਹਾਡੇ ਕਿਸੇ ਗਲਤੀ ਕਰਕੇ ਸਾਨੂੰ ਵੀ ਉਹਦਾ ਖਮਿਆਜਾ ਪੁੱਟਣਾ ਪਈ ਇਹ ਗੱਲ ਕਿਉਂ ਨਹੀਂ ਵੇਲੇ ਸਿਰ ਕਹੀ ਇਹ ਗੱਲ ਭਗਵੰਤ ਮਾਨ ਉਹਨਾਂ ਨੇ ਜ਼ਿੰਮੇਵਾਰ ਚੀਫ ਮਨਿਸਟਰ ਹੋਣ ਕਰਕੇ ਉਹਨਾਂ ਦੇ ਸੂਬੇ 'ਚ ਸਾਰਾ ਕੁਝ ਹੋ ਰਿਹਾ ਸੀ ਕਿਉਂ ਨਹੀਂ ਕੁਝ ਕਿਹਾ ਇਹ ਗੱਲ ਜਦੋਂ ਦੂਜੀ ਵੀਡੀਓ ਲਾਰੈਂਸ ਬਿਸ਼ਨੋਈ ਦੀ ਆਈ ਹੈ ਤੇ ਸਾਰਿਆਂ ਦੇ ਐਨ ਉਹਨੇ ਚੜਾ ਦਿੱਤਾ ਚਿਹਰਾ ਮੂੰਹ ਚੜਾ ਕੇ ਕਹਿਤਾ ਕਿ ਤੁਸੀਂ ਕੌਣ ਆ ਓਏ ਆ ਲਓ ਜਿਹੜੀ ਤੁਸੀਂ ਕਹਿੰਨੇ ਕੁਰਤੀ ਪਾਉਣੀ ਆ ਮੈਂ ਉਹ ਹੀ ਟੀ-ਸ਼ਰਟ ਪਾ ਕੇ ਤੁਹਾਨੂੰ ਇੰਟਰਵਿਊ ਦੇ ਦੇਣਾ ਤੁਸੀਂ ਕਹਿੰਨੇ ਪੁਰਾਣੀ ਵਾਲਾ ਨਵੀਂ ਲੈ ਲਓ ਕਦੀ ਭਗਵੰਤਮਾਨ ਨੇ ਮੂੰਹ ਖੋਲ੍ਹਿਆ ਉਹਦੇ ਤੇ ਜਾਂ ਇਹਨਾਂ ਦੇ ਡੀਜੀਪੀ ਨੇ ਕਦੀ ਉਹਦੇ ਤੇ ਬਿਆਨ ਦਿੱਤਾ ਕਿ ਮਾਫ਼ ਕਰੋ ਯਾਰ ਸਾਡੇ ਨਾਲ ਤੇ ਇਹੀ ਤਕੜੇ ਆ ਜਿਹੜੇ ਸਾਡ ਨੂੰ ਹੀ ਚੜਾਰੇ ਆ ਸਾਡੇ ਚਿਹਰੇ ਤੇ ਬੈਠ ਕੇ ਸਾਡੇ ਸਾਹਮਣੇ ਬੈਠ ਕੇ ਇਸ ਲਈ ਇਹ ਗੱਲਾਂ ਇਸ ਤਰੀਕੇ ਦੇ ਨਾਲ ਜਿਹੜੀ ਕ੍ਰੈਡੀਬਿਲਟੀ ਦੀ ਗੱਲ ਆ ਕਿਸੇ ਦੀ ਵਿਸ਼ਵਾਸ ਹੈ ਲੋਕਾਂ ਦਾ ਇਸ ਅਮੀਡਿਆ ਇਸ ਪੁਲਿਸ ਤੋਂ ਇਸ ਸਰਕਾਰ ਤੋਂ ਉਸ ਨੂੰ ਉਸ ਦੀ ਆਣ ਬਾਣ ਨੂੰ ਠੇਸ ਲੱਗਦੀ ਆ ਲੋਕਾਂ ਦਾ ਉਹ ਵਿਸ਼ਵਾਸ ਕਮਜ਼ੋਰ ਪੈਂਦਾ ਲੋਕੀ ਸ਼ਸ਼ੋ ਪੰਜ ਹੁੰਦੇ ਆ ਵੀ ਅਸੀਂ ਲਾਰੈਂਸ ਬਸ਼ਨੋਈ ਵੱਲ ਜਾਈਏ ਜਾਂ ਡੀਜੀਪੀ ਤੇ ਭਗਵੰਤ ਮਾਨ ਵੱਲ ਜਾਈਏ ਤਾਕਤ ਕਿੱਥੇ ਹੈ ਕਿਹਦੀ ਜ਼ਿਆਦਾ ਚੱਲਦੀ ਰਿੱਟ ਕੇ ਦੀ ਚੱਲਦੀ ਹੈ ਇਸ ਲਈ ਉਧਰ ਕਿਉਂ ਨਹੀਂ ਇਹ ਮੂੰਹ ਕਰਦੇ ਕਿਉਂ ਨਹੀਂ ਇਹ ਕੁਝ ਉਹਦਾ ਐਕਸ਼ਨ ਪਾਰਟ ਆਪਣੇ ਤੌਰ ਤੇ ਰਿਸਪੌਂਸ ਕਰੇ ਹੋਰ ਜਿੰਨੀਆਂ ਮਰਜੀ ਨਾ ਕੋ ਅਸੀਂ ਇੰਜ ਨਹੀਂ ਹੁੰਦਿਆਂਗੇ ਤੇ ਪੰਜਾਬ ਇੰਨਾ ਮਹਾਨ ਆ ਤੇ ਅਸੀਂ ਆ ਕਰਤਾ ਤੇ ਉਹ ਕਰ ਗੱਲਾਂ ਦਾ ਖੜਾ ਕਰੀ ਤੁਰੇ ਜਾਂਦੇ ਤਰਾਤਲ ਦੇ ਉੱਤੇ ਜਦੋਂ ਅਸਲੀ ਇਮਤਿਹਾਨ ਪੈਂਦਾ ਉਥੇ ਇਹ ਪਿੱਠ ਦਿਖਾ ਦਿੰਦੇ ਆ ਜਾਂ ਮੂੰਹ ਬੰਦ ਕਰ ਲੈਂਦੇ ਬਿਲਕੁਲ ਸਹੀ ਗੱਲ ਆ ਤੁਹਾਡੀ ਤੇ ਰਹੀ ਗੱਲ ਇਹ ਕਿ ਇਹਦੇ ਵਿੱਚ ਇੱਕ ਚੰਗੀ ਖਬਰ ਇਹ ਰਹੀ ਕਿ ਜਿਹੜੇ ਨੌਜਵਾਨਾਂ ਨੂੰ ਐਤਿਆਤਨ ਤੌਰ ਦੇ ਉੱਤੇ ਕਿ ਕੋਈ ਇਹੋ ਜਿਹੀ ਅਨਸੁਖਾਵੀ ਘਟਨਾ ਨਾ ਵਾਪਰੇ ਉਹਨਾਂ ਨੂੰ ਜਿਨ੍ਹਾਂ ਨੂੰ ਹਿਰਾਸਤ ਚ ਲਿਆ ਗਿਆ ਸੀਗੇ ਸਾਰੇ ਮਸਲੇ ਚ ਉਹਨਾਂ ਦੀਆਂ ਜਿਹੜੀਆਂ ਰਿਹਾਈਆਂ ਨੇ ਉਹ ਹੌਲੀ-ਹੌਲੀ ਹੋ ਰਹੀਆਂ तकरीबन 40 ਤੋਂ ਉੱਤੇ ਨੌਜਵਾਨ ਜਿਹੜੇ ਨੇ ਉਬਾਰ ਆ ਚੁੱਕੇ ਨੇ 552 ਦੇ ਕੁਝ ਕੇਸ ਸੀ ਦਾ ਜਿਸ ਵੀ ਢੰਗ ਦੇ ਨਾਲ ਉਹਨਾਂ ਨੂੰ ਇੱਕ ਤਰੀਕੇ ਦੇ ਕਈਆਂ ਨੂੰ ਤਾਂ ਵਾਰਨਿੰਗ ਦੇ ਕੇ ਛੱਡ ਦਿੱਤਾ ਗਿਆ ਉਮੀਦ ਕਰਦੇ ਹਾਂ ਕਿ ਉਹ ਨੌਜਵਾਨ ਜਿਹੜੇ ਨੇ ਉਹਨੇ ਸਾਰੀ ਗੰਦਲੀ ਸਿਆਸਤ ਨੂੰ ਸਮਝਣਗੇ ਜਾਂ ਕਿਸੇ ਵੀ ਢੰਗ ਦੀ ਕੋਈ ਕੱਟੜਵਾਦੀ ਸਿਆਸਤ ਹੈ ਜਾਂ ਕੋਈ ਵੀ ਆ ਉਹ ਚੰਗੇ ਪਾਸੇ ਲੱਗਣਗੇ ਚੰਗੀ ਸਿੱਖਿਆ ਲੈਣਗੇ ਤੇ ਆਪਣੇ ਪਿਓ ਦਾ ਆਪਣੇ ਸੂਬੇ ਦਾ ਮੁਲਕ ਦਾ ਨਾਮ ਰੋਸ਼ਨ ਕਰਨਗੇ ਬਜਾਏ ਇਸ ਦੇ ਕਿ ਇਹਨਾਂ ਸਾਰੇ ਮਸਲਿਆਂ ਦੇ ਵਿੱਚ ਉਲਝਣ ਚੰਗੀ ਤਰ੍ਹਾਂ ਪੜਨ ਸਮਝਣ ਉਹਨਾਂ ਨੂੰ ਫਿਰ ਉਹਨਾਂ ਨੂੰ ਪਤਾ ਲੱਗੇ ਕਿ ਆਖਿਰਕਾਰ ਕਿਵੇਂ ਸਿਆਸਤ ਉਹਨਾਂ ਨੂੰ ਵਰਤਦੀ ਆ ਪ੍ਰੋਫੈਸਰ ਸਾਹਿਬ ਇਹਦੇ ਨਾਲ ਹੀ ਜਿਹੜੀ ਮਿਨਿਸਟਰੀ ਆਫ ਐਕਸਟਰਨਲ ਅਫੇਅਰਜ਼ ਆ ਪਾਰਟੀ ਉਹਨਾਂ ਨੇ ਵੀ ਬਿਆਨ ਜਾਰੀ ਕੀਤਾ ਹੈ ਕਿ ਜਿਹੜਾ ਕੁਝ ਐਨ ਆਰ ਆਈਜ਼ ਜਿਹੜੇ ਭਾਰਤੀ ਨੇ ਵਿਦੇਸ਼ਾਂ 'ਚ ਰਹਿੰਦੇ ਨੇ ਉਹ ਵੀ ਗੌਰ ਕਰ ਲੈਣ ਕਿ ਅਫਵਾਹਾਂ ਦਾ ਬਾਜ਼ਾਰ ਬਹੁਤ ਗਰਮ ਹੈ ਇਸ ਰੌਲੇ ਰੱਪਿਆਂ ਦੇ ਵਿਚਾਲੇ ਉਹ ਮਤਲਬ ਕਿ ਸਰਕਾਰ ਦੇ ਵੱਲੋਂ ਜੋ ਆਥੈਂਟਿਕ ਜਾਣਕਾਰੀ ਹੁੰਦੀ ਹੈ ਉਹਦੇ ਵੱਲੇ ਪਾਸੇ ਧਿਆਨ ਦੇਣ ਤੇ ਰਹੀ ਗੱਲ ਜੋ ਕੁਝ ਬਾਹਰਲੇ ਦੇਸ਼ਾਂ 'ਚ ਉਲੜਬਾਜ਼ੀ ਟਾਈਪ ਹੋ ਰਹੀ ਹੈ ਉਹਨੂੰ ਲੈ ਕੇ ਉਹਨਾਂ ਸਰਕਾਰਾਂ ਤੱਕ ਪਹੁੰਚ ਵੀ ਕਰਦੇ ਦੇਖੋ ਪਹਿਲੀ ਗੱਲ ਜਿਹੜੀ ਹੈ ਜਿਹੜੇ ਬੱਚੇ ਛੱਡੇ ਆ ਇਸ ਗੱਲ ਦੀ ਪੁਲਿਸ ਨੂੰ ਸਰਕਾਰ ਨੂੰ ਦੋਵਾਂ ਨੂੰ ਹੀ ਵਧਾਈ ਸਾਡਾ ਕੋਈ ਇੱਥੇ ਕੀਮਤ ਨਹੀਂ ਲੱਗਦੀ ਨਾ ਜ਼ੋਰ ਲੱਗਦਾ ਸਾਨੂੰ ਚੰਗਾ ਲੱਗਦਾ ਚੰਗਾ ਕੰਮ ਆ ਤੇ ਉਹਦੀ ਸ਼ਾਬਾਸ਼ੀ ਦੇਣੀ ਚਾਹੀਦੀ ਇੱਕ ਨਿੱਕਾ ਸੁਜੈਸ਼ਨ ਜ਼ਰੂਰ ਹੈ ਇਹ ਇਹਨਾਂ ਚੋਂ ਜੇ ਬਹੁਤੇ ਲੋਕ ਯੰਗ ਆਜਾ ਜ ਮਤਲਬ ਛੋਟੇ ਆ ਬੀਵਿਆਂ ਦੇ ਆ ਜਾਣ ਹੂੰ ਟੀਨੇਜਰ ਵੀ ਕੋਈ ਹੋ ਸਕਦਾ ਉਹਨਾਂ ਬੱਚਿਆਂ ਦੇ ਉੱਤੇ ਸੱਡਨਲੀ ਇਹੋ ਜਿਹੀਆਂ ਚੀਜ਼ਾਂ ਫੜੇ ਜਾਣਾ ਉਹਨਾਂ ਦਾ ਲੇਬਲ ਹੋ ਜਾਣਾ ਸਮਾਜਿਕ ਤੌਰ ਤੇ ਪੁਲਿਸ ਦੇ ਚਲੇ ਜਾਣਾ ਕਈ ਗੱਲਾਂ ਦਾ ਸਮਾਜਿਕ ਚਰਚਾ ਛੇੜ ਜਾਂਦੀ ਹੈ ਸਮਾਜ ਦੇ ਅੰਦਰ ਇੱਕ ਜਦੋਂ ਲੇਬਲ ਹੋ ਜਾਂਦਾ ਤੇ ਬੱਚਿਆਂ ਦੇ ਮਨ ਤੇ ਕਈ ਵਾਰੀ ਬੜਾ ਗਹਿਰਾ ਅਸਰ ਪੋਜ਼ਿਟਿਵ ਜਾਂ ਨੈਗੇਟਿਵ ਹੁੰਦਾ ਮਤਲਬ ਪੋਜ਼ਿਟਿਵ ਮਤਲਬ ਕਿ ਉਹ ਹੋਰ ਅੱਗੇ ਨੂੰ ਇਸੇ ਪਾਸੇ ਨੂੰ ਜਾਣ ਲਈ ਸੋਚਣਗੇ ਨੇਗੇਟਿਵ ਇਹ ਹੋਊਗਾ ਕਿ ਡਾਰੇ ਨਾ ਜਾਣਗੇ ਕਿ ਕੁਝ ਵੀ ਕਰਨ ਜੋਗੇ ਨਹੀਂ ਰਹਿਣਗੇ ਸਾਡੀ ਸਲਾਹ ਤੇ ਬੇਨਤੀ ਇਹ ਹੋਊਗੀ ਕਿ ਕਿਸੇ ਤਰੀਕੇ ਦੇ ਨਾਲ ਉਹਨਾਂ ਨੂੰ ਥੋੜਾ 6 ਮਹੀਨੇ ਫਾਲੋਅ ਅਪ ਰੱਖਣਾ ਚਾਹੀਦਾ ਕਾਉਂਸਲਿੰਗ ਚਾਹੀਦੀ ਹੈ ਉਹਨਾਂ ਦੀ ਤਾਂ ਕਿ ਉਹ ਇਸ ਸਾਰੀ ਪ੍ਰਕਿਰਿਆ 'ਚ ਕੋਈ ਗਲਤ ਅਸਰ ਨਾ ਲੈ ਜਾਣ ਤੇ ਦੁਬਾਰਾ ਮੇਨ ਸਟਰੀਮ 'ਚ ਇੱਕ ਆਮ ਦੀ ਇੱਕ ਨਾਰਮਲ ਜ਼ਿੰਦਗੀ ਦੇ ਵਿੱਚ ਜ਼ਰੂਰ ਜਾਣ ਉਹਨਾਂ ਦਾ ਫਾਲੋਅ ਅਪ ਰੱਖਣਾ ਇਹ ਨਹੀਂ ਕਿ ਪਹਿਲਾਂ ਮਰਜੀ ਨਾਲ ਫੜ ਕੇ ਲੈ ਗਏ ਫਿਰ ਮਰਜੀ ਨਾਲ ਬਾਹਰ ਕਰ ਦਿੱਤਾ ਉਹ ਕਿੱਥੇ ਗਏ ਕੀ ਹੋਇਆ ਉਹਨਾਂ ਦਾ ਪੁਵੇਖ ਕੀ ਬਣਿਆ ਉਹ ਕਿਤੇ ਦੁਬਾਰਾ ਮੁੜ ਕੇ ਉਹਦੇ ਤੋਂ ਵੀ ਅੱਗੇ ਨਿਕਲ ਗਏ ਪਹਿਲਾਂ ਨਾਲੋਂ ਵੀ ਉਸੇ ਰਸਤੇ ਤੇ ਜਾਂ ਮੁੜ ਕੇ ਉਹ ਇਹਦੇ ਤੋਂ ਕੁਝ ਸਿੱਖਿਆ ਇਹਦਾ ਫਾਲੋਅ ਅਪ ਥੋੜਾ ਬਹੁਤ ਕਰ ਲੈਣਾ ਚਾਹੀਦਾ ਜੇਹੀ ਗੱਲ ਜਿਹੜੀ ਬਾਹਰ ਹੋ ਰਿਹਾ ਆ ਤੁਸੀਂ ਕਹਿ ਰਹੇ ਆ ਉਹ ਠੀਕ ਆ ਕਿ ਉਹਨਾਂ ਨੂੰ ਤਾਂ ਗਵਰਨਮੈਂਟ ਟੂ ਗਵਰਨਮੈਂਟ ਹੀ ਲਿਖ ਸਕਦੇ ਆ ਉਹਨਾਂ ਦਾ ਆਪਣਾ ਮਾਹੌਲ ਆਪਣਾ ਡੈਮੋਕ੍ਰੇਸੀ ਦੀਆਂ ਰਵਾਇਤਾਂ ਆਪਣੇ ਤੌਰ ਤਰੀਕੇ ਅਸੀਂ ਸਾਰਾ ਕੁਝ ਇੱਥੇ ਬੈ ਕੇ ਕੰਟਰੋਲ ਨਹੀਂ ਕਰ ਸਕਦੇ ਪਰ ਜਿਹੜਾ ਗਲਤ ਆ ਜਿਵੇਂ ਤਿਰੰਗੇ ਨੂੰ ਫਾੜਨਾ ਜਾਂ ਹੋਰ ਸਾਰਾ ਇਹ ਤੇ ਇੱਕ ਕਿਸਮ ਦੀ ਹੁਲੀਗੈਨਿਜ਼ਮ ਆ ਇਹ ਤੇ ਇਹ ਤੇ ਦਾਦਾਕਰੀ ਆ ਗੁੰਡਾਗਰਦੀ ਦੇ ਰੂਪ ਲੈ ਲੈਂਦੀ ਕਈ ਵਾਰੀ ਉਹ ਨਹੀਂ ਚਾਹੀਦਾ ਹੈਗਾ ਬਾਕੀ ਕੋਈ ਪ੍ਰੋਟੈਸਟ ਕਰ ਰਿਹਾ ਕੀ ਕਰ ਰਿਹਾ ਪਾਚਨ ਦੇ ਰਿਹਾ ਰਿਲੇਟ ਕਿ ਸਰਕਾਰ ਦਾ ਕੱਢੀ ਜਾਵੇ ਉਹਦੇ ਵਿੱਚ ਕੋਈ ਉਹਨਾਂ ਦੇ ਵਿੱਚ ਬਹੁਤਾ ਫਰਕ ਨਹੀਂ ਪੈਂਦਾ ਹਾਂ ਇਹ ਗੱਲ ਜ਼ਰੂਰ ਹੈ ਕਿਉਂਕਿ ਸੋਸ਼ਲ ਮੀਡੀਆ ਦੇ ਵਿੱਚ ਵੀ ਜਿੰਨਾ ਕੁ ਇਨਫੋਰਮੇਸ਼ਨ ਮਿਲਦੀ ਆ ਉਹਦੇ ਨਾਲੋਂ ਜ਼ਿਆਦਾ ਪੁੱਠੀ ਇਨਫੋਰਮੇਸ਼ਨ ਮਿਲਦੀ ਜਿਹਨੂੰ ਡਿਸ ਇਨਫੋਰਮੇਸ਼ਨ ਕਹਿੰਦੇ ਆ ਤੇ ਉਹ ਅਫਵਾਹਾਂ ਕਹਿ ਲਓ ਜਾਂ ਮਸਾਲਾ ਕਹਿ ਲਓ ਜਾਂ ਵਧਾ ਚੜਾ ਕੇ ਗੱਲ ਜਾਂ ਪੁੱਠੀ ਸਿੱਧੀਆਂ ਗੱਲਾਂ ਗਲਤ ਪ੍ਰਚਾਰ ਇਹ ਸਾਰੇ ਦਾ ਫਿਲਟਰ ਇਹ ਉਹਨਾਂ ਦੀ ਸਲਾਹ ਚੰਗੀ ਆ ਕਿ ਸਾਡੇ ਵਿਦੇਸ਼ਾਂ 'ਚ ਬੈਠੇ ਵੀਰ ਭੈਣਾਂ ਤੈਨਾਂ ਵੈਰੀਫਾਈ ਕਰ ਲੈਣ ਕਿ ਜੋ ਪੜ ਰਿਹਾ ਉਹ ਸੱਚ ਹੈ ਹਰ ਲਿਖਿਆ ਜਾਂ ਹਰ ਸੋਸ਼ਲ ਮੀਡੀਆ ਤੇ ਖਬਰ ਆਈ ਉਹ ਜ਼ਰੂਰੀ ਨਹੀਂ ਕਿ ਸੱਚ ਹੋਵੇ ਇਹ ਇਹ ਤੇ ਹਰ ਚੀਜ਼ ਬਾਰੇ ਸ਼ੰਕਾ ਕਰੋ ਤੁਸੀਂ ਆਪਣੀ ਸੋਚ ਤੇ ਵੀ ਥੋੜਾ ਜਿਹਾ ਸ਼ੰਕਾ ਕਰਿਆ ਕਰੋ ਕਿ ਜੋ ਮੈਂ ਸੋਚ ਰਿਹਾ ਇਹਨੂੰ ਮੈਂ ਵੈਰੀਫਾਈ ਕਰ ਲਾਂ ਕਿ ਇਹ ਸੱਚ ਹੈ ਕਿ ਐਵੇਂ ਹੀ ਮੈਂ ਹਵਾਈ ਕੇ ਲੇ ਮਡਾਈ ਤੁਰਿਆ ਜਾਣਾ ਤੇ ਜਿਹਦਾ ਅਸਲ ਚ ਕੋਈ ਥੱਲੇ ਧਰਾਤਲ ਤੇ ਆਧਾਰ ਹੈ ਹੀ ਨਹੀਂ ਬਾਟਮ ਲੈਸ ਜਿਹਨੂੰ ਕਹਿੰਦੇ ਆ ਉਹ ਤੇ ਨਹੀਂ ਮੇਰੀ ਸੋਚ ਤੇ ਮੇਰੇ ਕਾਰਨਾਮੇ ਇਹਦੇ ਆਪਣੀ ਤੇ ਵੀ ਕਰਨਾ ਚਾਹੀਦਾ ਪਰ ਜਦੋਂ ਇਨਫੋਰਮੇਸ਼ਨ ਬਾਹਰੋਂ ਜਿਹੜੀ ਲੈ ਰਹੇ ਆ ਉਹਦੇ ਤੇ ਪੱਕਾ ਹੀ ਕਰਨਾ ਚਾਹੀਦਾ ਕਿਉਂਕਿ ਅੱਜ ਕੱਲ ਖਾਸ ਕਰ ਇੰਨਾ ਹਾਲਾਤਾਂ ਚ ਅਫਵਾਹਾਂ ਦਾ ਬਾਜ਼ਾਰ ਬੜਾ ਗਰਮ ਆ ਤੇ ਜੇ ਤੇ ਚੂਣਾ ਉਹਨੀਆਂ ਹੋਣ ਉਦੋਂ ਤੇ ਇਹੋ ਜਿਹਾ ਹੋਰ ਵੀ ਮਸਾਲਾ ਤੜਕਾ ਲਾ ਕੇ ਗੱਲਾਂ ਛੱਡੀਆਂ ਜਾਂਦੀਆਂ ਆਖਰੀ ਖਬਰ ਪ੍ਰੋਫੈਸਰ ਉਹ ਆ ਆ ਕੌਮੀ ਸਿਆਸਤ ਦੀ ਜੋ ਕੁਝ ਦਿੱਲੀ ਦੇ ਵਿੱਚ ਮੈਂ ਕਹਿ ਰਿਹਾ ਕਿ ਕੇਂਦਰ ਦੇ ਵਿੱਚ ਹੋ ਰਿਹਾ ਰਾਹੁਲ ਗਾਂਧੀ ਸਾਹਿਬ ਦੀ 2 ਸਾਲ ਦੀ ਸਜ਼ਾ ਦੇ ਬਾਰੇ ਆਪਾਂ ਕੱਲ ਜ਼ਿਕਰ ਕੀਤਾ ਸੀ ਕਿ ਮਾਨ ਹੰਨੀ ਦੇ ਵਿੱਚ ਹੋ ਗਈ ਹੁਣ ਉਹਨਾਂ ਦੀ ਲੋਕ ਸਭਾ ਦੀ ਮੈਂਬਰਸ਼ਿਪ ਵੀ ਰੱਦ ਕਰਤੀ ਰੌਲਾ ਰੱਪਾ ਉੱਤੇ ਕਾਫੀ ਪਿਆ ਤੇ ਕੇਜਰੀਵਾਲ ਸਾਹਿਬ ਨੇ ਵੀ ਆਪਣਾ ਸਟੈਂਡ ਸਪਸ਼ਟ ਕੀਤਾ ਹੈ ਰਾਗਵ ਚੰਡਾ ਹੋਰਾਂ ਦਾ ਵੀ ਸਟੈਂਡ ਆਇਆ ਇਸ ਮਸਲੇ ਤੇ ਜਿੰਨੀਆਂ ਵਿਰੋਧੀ ਧਿਰਾਂ ਨੇ ਉਹ ਸਾਰੀਆਂ ਇਕੱਠੀਆਂ ਹੋ ਰਹੀਆਂ ਤੇ ਕਿਹਾ ਜਾ ਰਿਹਾ ਕਿ ਇਹ ਸਮਝ ਲੋ ਕਿ ਇਹ ਲੋਕਤੰਤਰ ਖਤਮ ਹੋ ਚੁੱਕਿਆ ਤੇ ਨਹੀਂ ਖਤਮ ਤੇ ਹੋ ਹੀ ਗਿਆ ਹੋਰ ਖਤਮ ਕੀਵੇਂ ਹੋਣਾ ਕਿ ਵਿਰੋਧੀ ਪਾਰਟੀਆਂ ਨੂੰ ਬੋਲਣ ਨਹੀਂ ਦੇਣਾ ਅੱਧਾ ਘੰਟਾ ਅੱਧਾ ਘੰਟਾ ਨਹੀਂ ਬੋਲਣ ਦੇਣਾ ਉਂਝ ਭਾਵੇਂ 10 ਦਿਨ ਤਾਲਾ ਲਾ ਛੱਡੋ ਕੀ ਗੱਲ ਉਹ ਕੋਈ ਜਿਹੜੀਆਂ ਤਨਖਾਹਾਂ ਲੈ ਰਹੇ ਆ ਜਾਂ ਜਿਹੜੀ ਬਿਲਡਿੰਗ ਦੀ ਮੇਨਟੇਨੈਂਸ ਆ ਜਾਂ ਜਿਹੜਾ ਡੇਲੀ ਜੇ ਸਾਡੇ ਕਹਿੰਦੇ ਇੱਕ ਦਿਨ ਦਾ 70 ਲੱਖ ਖਰਚਾ ਹੁੰਦਾ ਤੇ 5-7 ਕਰੋੜ ਤੇ ਉੱਥੇ ਵੀ ਇੱਕ ਦਿਨ ਦਾ ਖਰਚਾ ਹੁੰਦਾ ਹੋਊਗਾ ਕੀ ਗੱਲ ਇਹ ਪੈਸਾ ਕਿਸੇ ਦਾ ਕਮਾਇਆ ਹੋਇਆ ਪੈਸਾ ਨਹੀਂ ਜਿਹੜਾ ਰੋਜ਼ ਬਰਬਾਦ ਕਰਕੇ ਤੇ ਤੁਸੀਂ ਦੰਦੀਆਂ ਕੱਢ ਕੇ ਉੱਥੋਂ ਚਲੇ ਜਾਂਦੇ ਫੋਟੋਆਂ ਲਵਾ ਕੇ ਬੜੀ ਦੁੱਖ ਦੀ ਗੱਲ ਹੈ ਇਹ ਸੱਚੀ ਮੁੱੱਚੀ ਡੈਮੋਕ੍ਰੇਸੀ ਚੱਲ ਕਿੱਥੇ ਰਹੀ ਇਹ ਤੇ ਦਾਦਾਗਰੀ ਚੱਲ ਰਹੀ ਹੈ ਜਿਹਦੇ ਹੱਥ ਚਾਬੀ ਆ ਗਈ ਉਹ ਉਹ ਕਹਿੰਦਾ ਹੁਣ ਚੌਕੀਦਾਰ ਹੀ ਮਾਲਕ ਬਣ ਗਏ ਆ ਕਹਿੰਦੇ ਸੀ ਵੀ ਅਸੀਂ ਤੇ ਚੌਕੀਦਾਰ ਆਂ ਉਹ ਕਹਿੰਦੇ ਤੁਸੀਂ ਜਾਓ ਹੁਣ ਅਸੀਂ ਚੌਕੀਦਾਰ ਨਹੀਂ ਆ ਜੀ ਤੇ ਮਾਲਕ ਤੁਸੀਂ ਚੌਕੀਦਾਰ ਆ ਬਾਹਰ ਬੈਠਿਆ ਕਰੋ ਐਵੇਂ ਅੰਦਰ ਆ ਕੇ ਕਹੋ ਸਾਨੂੰ ਬੋਲਣ ਦਾ ਟਾਈਮ ਦਿਓ ਸਾਨੂੰ ਬੋਲਣ ਦਾ ਤੇ ਅਸੀਂ ਸਾਂਝ ਪਿਆਲੀ ਸਾਡੀ ਵੱਡੇ ਉਠਾਂ ਵਾਲਿਆਂ ਨਾਲ ਯਾਰੀ ਸਾਡੇ ਨਾਲ ਅਡਾਨੀ ਦੇ ਬਾਂਦੀਆਂ ਨਾਲ ਯਾਰੀ ਤੇ ਤੁਸੀਂ ਆਪਣੇ ਜਾ ਕੇ ਬਾਹਰ ਪਾਂਡੇ ਬਾਂਜੋ ਇਹ ਜਿਹੜੀ ਐਟੀਟਿਊਡ ਬਣ ਗਿਆ ਇਹਦੇ ਨਾਲ ਹੀ ਤੇ ਡੈਮੋਕ੍ਰੇਸੀ ਖਤਮ ਹੁੰਦੀ ਆ ਹੋਰ ਡੈਮੋਕ੍ਰੇਸੀ ਕਿਦਾਂ ਖਤਮ ਅੱਜ ਵੱਡਾ ਪ੍ਰੋਟੈਸਟ ਦਿੱਲੀ ਦੇ ਵਿੱਚ ਹੋਇਆ ਉਹ ਰਾਸ਼ਟਰਪਤੀ ਵੱਲ ਗਏ ਮੋਰ ਪੁਲਸੀ ਪੁਲਸ ਨਜ਼ਰ ਆ ਰਹੀ ਸੀ ਉਹਨਾਂ ਨੇ ਡੈਥ ਆਫ ਡੈਮੋਕ੍ਰੇਸੀ ਸ਼ਾਇਦ ਇਹੋ ਜਿਹਾ ਵੱਡਾ ਇੱਕ ਬੈਨਰ ਲਾਇਆ ਸੀ ਹੈਨਾ ਤੇ ਮੋٹے ਮੋٹے ਅੱਖਰਾਂ ਚ ਤੇ ਪਿੱਛੇ ਸਾਰੇ ਇਹ ਜਿਨ੍ਹਾਂ ਦੇ ਨਾਮ ਲਏ ਆ ਹੋਰ ਵੀ ਕਈ ਪਾਰਟੀਆਂ ਦੇ ਬੰਦੇ ਉਥੇ ਬਹੁਤ ਸਾਰੇ ਬੰਦਿਆਂ ਦੇ ਬਿਆਨ ਵੀ ਆਏ ਆ ਵਿਰੋਧੀ ਪਾਰਟੀਆਂ ਦੇ ਆਰ ਜੀ ਡੀ ਦੇ ਹੋਰ ਨਾਂ ਦੇ ਈਵਨ ਸ਼ਿਵ ਸੈਨਾ ਉਦਵ ਠਾਕਰੇ ਦੇ ਸਰਚਰਦ ਪਾਰਟੀ ਕਿੰਨਿਆਂ ਲੋਕਾਂ ਦੇ ਬਿਆਨ ਵੀ ਇੱਧਰ ਉੱਤਰ ਆ ਰਹੇ ਆ ਕਿ ਇਹ ਜੋ ਤੱਕਾਂ ਕੇਜਰੀਵਾਲ ਦਾ ਤੇ ਖੈਰ ਹੈ ਜਾਂ ਉਹ ਤੇ ਤੁਹਾਨੂੰ ਪਤਾ ਸਭ ਤੋਂ ਪਹਿਲਾਂ ਇਹੋ ਜਿਹਾ ਕੰਮ ਕਰਦੇ ਆ ਉਹ ਸਾਰਾ ਚੱਲ ਰਿਹਾ ਗੱਲ ਸਵਾਲ ਰਾਹੁਲ ਦੀ ਨਹੀਂ ਕੋਈ اے بی ਸੀ ਕੋਈ ਵੀ ਹੋਵੇ ਆਪਾਂ ਸਾਰੇ ਜਾਣਦੇ ਆ ਸੁਖਵਿੰਦਰ ਕਿ ਕਿਸ ਤਰੀਕੇ ਨਾਲ ਦੋ ਵਾਰੀ ਜੱਜ ਬਦਲ ਕੇ ਪਹਿਲਾਂ ਉਹ ਜੱਜਮੈਂਟ ਨੂੰ ਮੈਨਜ ਕੀਤਾ ਕਿ ਇਹ ਘੱਟੋ ਘੱਟ 2 ਸਾਲ ਦੀ ਤੇ ਸਜ਼ਾ ਦਿਓ ਹੀ ਦਿਓ ਹੁਣ 2 ਸਾਲ ਦੀ ਸਜ਼ਾ ਇਸ ਕਰਕੇ ਦਵਾਈ ਗਈ ਉਹ ਤੇ ਸਾਨੂੰ ਬਾਅਦ ਚ ਪਤਾ ਲੱਗਾ ਕਿਉਂ ਇਸ ਕਰਕੇ ਦਵਾਈ ਗਈ ਕਿ ਕੋਈ ਸੁਪਰੀਮ ਕੋਰਟ ਦਾ 2013 ਦਾ ਕੋਈ ਫੈਸਲਾ ਹੈਗਾ ਕਿ ਜਿਹੜਾ 2 ਸਾਲ ਤੋਂ ਵੱਧ ਜਾਂ 2 ਸਾਲ ਜਿਹਨੂੰ ਕਨਵਿਕਸ਼ਨ ਦਾ ਆਰਡਰ ਹੋ ਜਾਏ ਇੱਕ ਵਾਰੀ ਉਹਦੀ ਪਾਂ ਵੀ ਉਹ ਐਮ ਐਲ ਸੀ ਆ ਪਾਂ ਵੀ ਉਹ ਐਮ ਐਲ ਏ ਆ ਤੇ ਪਾਂ ਵੀ ਉਹ ਪਾਰਲੀਮੈਂਟ ਦਾ ਮੈਂਬਰ ਹੈਗਾ ਜਿਹੜਾ ਸਾਂਸਦ ਹੈਗਾ ਉਹਦੀ ਸਦਸਤਾ ਉਸੇ ਵੇਲੇ ਖਤਮ ਹੋ ਜਾਊਗੀ ਉਹਦਾ ਪਰ ਸਾਨੂੰ ਇਹ ਪਤਾ ਲੱਗਾ ਕਿ ਜਿਹੜੇ ਵਿਸ਼ੇਸ਼ਗਿਆ ਹੈ ਸੰਵਿਧਾਨ ਦੇ ਉਹ ਇਹ ਕਹਿ ਰਹੇ ਸੀਗੇ ਕਿ ਉਹਦਾ ਇੱਕ ਪ੍ਰੋਸੈਸ ਹੁੰਦਾ ਐਂਜ ਨਹੀਂ ਕਿ ਸਿੱਧਾ ਹੀ ਉਧਰੋਂ ਆਰਡਰ ਆ ਤੇ ਉਧਰੋਂ ਤੁਸੀਂ ਆਪਣਾ ਸਰਕੂਲਰ ਕੱਢਤਾ ਜਿਹੜਾ ਇਹਨਾਂ ਨੇ ਉਹਦੀ ਸਦਸਤਾ ਖਤਮ ਕਰਨ ਦਾ ਆਰਡਰ ਕੱਢ ਦਿੱਤਾ ਉਹ ਅਸਲ 'ਚ ਇੱਕ ਪ੍ਰੋਸੈਸ ਵਿੱਚੋਂ ਦੀ ਨੰਗ ਕੇ ਪਾਰਲੀਮੈਂਟ ਕੋਲ ਕੋਈ ਇਹਦਾ ਅਧਿਕਾਰ ਨਹੀਂ ਕਿਸੇ ਦੀ ਸਦਸਤਾ ਖਤਮ ਕਰਦਾ ਉਹਦੇ ਆਰਡਰ ਰਾਸ਼ਟਰਪਤੀ ਤੋਂ ਹੁਣੇ ਹੁੰਦੇ ਆ ਪ੍ਰੋਪਰ ਪ੍ਰੋਸੈਸ ਤੋਂ ਬਾਅਦ ਇਹ ਇਥੇ ਕੋਈ ਵੀ ਇਹੋ ਜਿਹਾ ਪ੍ਰੋਸੈਸ ਫਾਲੋ ਨਹੀਂ ਕੀਤਾ ਗਿਆ ਫਟ ਦੇਣੀ ਸੈਕਟਰੀ ਵੱਲੋਂ ਪਾਰਲੀਮੈਂਟ ਵੱਲੋਂ ਸਰਕੂਲਰ ਕੱਢ ਦਿੱਤਾ ਕਿ ਲਓ ਜੀ ਇਹ ਬੰਦਾ ਬਾਹਰ ਉਹ ਹੁਣ ਇਥੋਂ ਇੱਕ ਗੱਲ ਤੇ ਸਾਫ ਹੈ ਕਿ ਮੋਦੀ ਸਰਕਾਰ ਵੀ ਜਿਹੋ ਜਿਹੇ ਹਮਲੇ ਹੋ ਰਹੇ ਆ ਵਿਰੋਧੀ ਹਮਲੋਂ ਉਹ ਡਰੀ ਹੋਈ ਹੈ ਜੇ ਡਰੀ ਹੋਈ ਨਾ ਹੋਵੇ ਜਿੱਥੇ ਉਹਨੂੰ ਇੰਨਾ ਸਮਝਦੇ ਕਿ ਉਹ ਤੇ ਪੋਲਿਟਿਕਸ ਜਾਣਦਾ ਹੀ ਨਹੀਂ ਯਾਤਰਾ ਤੋਂ ਬਾਅਦ ਤੇ ਹੁਣ ਇਹੋ ਜਿਹੇ ਉਹਨਾਂ ਦੇ ਪਿਉ ਤੜੇ ਤੋਂ ਬਾਅਦ ਤੇ ਅਡਾਨੀ ਮੋਦੀ ਮੋਦੀ ਅਡਾਨੀ ਦਾ ਜਿਹੜਾ ਗੌਤਮ ਅਡਾਨੀ ਦਾ ਆਪਸੀ ਭਾਈਵੰਦੀ ਜਾਂ ਜੋੜੀ ਜੁਗਲਬੰਦੀ ਜਿਹੜੀ ਉਹਦਾ ਉਹ ਐਕਸਪੋਜ਼ਰ ਕੀਤਾ ਹਿੰਡਨਬਰਗਰ ਰਿਪੋਰਟ ਦਾ ਰੌਲਾ ਪਿਆ ਉਹ ਬੋਲਣ ਲਈ ਰਾਹੁਲ ਟਾਈਮ ਮੰਗ ਰਿਹਾ ਟਾਈਮ ਦਿੱਤਾ ਨਹੀਂ ਜਾ ਰਿਹਾ ਇਹ ਸਾਰਾ ਜਿਹੜਾ ਇਹਦੇ ਚੋਂ ਇੰਜ ਲੱਗਦਾ ਕਿ ਜਿਹੜੀ ਰੂਲਿੰਗ ਸਰਕਾਰ ਹੈ ਉਹ ਕਾਫੀ ਹੱਦ ਤੱਕ ਇਸ ਗੱਲ ਦੇ ਉੱਤੇ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕਦੀ ਨਜ਼ਰ ਆ ਰਹੀ ਹੈ। ਇਹ ਨਹੀਂ ਤੇ ਇਹੋ ਜੀ ਇੱਕ ਇੱਕ ਬੰਦੇ ਦੇ ਇੰਡੀਵਿਜੂਅਲ ਦੇ ਵਿਰੁੱਧ ਪਿੱਛੇ ਪੈ ਜਾਣੀ ਕੋਈ ਲੋੜ ਨਹੀਂ ਸੀ। ਹੁਣ ਹੋਇਆ ਕੀ ਹੈ? ਮੈਂ ਆਸਤ ਗੱਲ ਦੱਸ ਦਿਆਂ। ਇਹਦੇ 'ਚ ਜਿੰਨਾ ਰਾਹੁਲ ਗਾਂਧੀ ਨੂੰ ਫਾਇਦਾ ਹੋਇਆ ਉਹਨਾਂ ਕਿਸੇ ਨੂੰ ਨਹੀਂ ਹੋਰ ਫਾਇਦਾ ਹੋਇਆ। ਤੇ ਵੀ ਥਿਵੀ ਉਹਦੇ ਆਊਂਡ ਹੀ ਰਹੀ ਹੈ। ਪਾਰਲੀਮੈਂਟ ਦੀ ਜਿਹੜੀ ਨਹੀਂ ਹੋਈ। ਇਹ ਉਹ ਦਿੱਤੇ ਐਕਸ਼ਨ ਲੈ ਕੇ ਸਗੋਂ ਉਸ ਨੂੰ ਹੋਰ ਹੀਰੋ ਬਣਾਤਾ ਤੇ ਪੋਲਿਟੀਕਲ ਕਾਦ ਉਹਦਾ ਹੋਰ ਉੱਚਾ ਕਰਤਾ ਜੇ ਉਹਨੂੰ ਜੇਲ੍ਹ ਚ ਲੈ ਜਾਣਗੇ ਤਾਂ ਉਹ ਹੋਰ ਵੀ ਵੱਡਾ ਹੋ ਜਾਊਗਾ ਇਹ ਤੁਹਾਨੂੰ ਮੈਂ ਗੱਲ ਦੱਸ ਦਿੰਨਾ ਇਸ ਕਰਕੇ ਬਿਲਕੁਲ ਪਰਵਾਹ ਉਹਨੇ ਨਹੀਂ ਕੀਤੀ ਉਹਨੂੰ ਕਹਿੰਦੇ ਰਹੇ ਕਿ ਤੂੰ ਮਾਫੀ ਮੰਗ ਲਾ ਗਲਤੀ ਮੰਨ ਲਾ ਫਲਾਣਾ ਉਹ ਕਹਿੰਦਾ ਮੈਂ ਕਿਹੜੀ ਗਲਤੀ ਕੀਤੀ ਵੀ ਲਲਿਤ ਮੋਦੀ ਨਿਰਵ ਮੋਦੀ ਪ੍ਰਧਾਨ ਮੰਤਰੀ ਉਹਨਾਂ ਦਾ ਉਦੋਂ ਉਹ ਦੂਸਰਾ ਵੀ ਚੱਲਦਾ ਸੀ ਨਾ ਉਹ ਜਿਹੜਾ ਫਰਾਂਸ ਤੋਂ ਜਹਾਜ਼ ਆਏ ਸੀਗੇ ਸਾਰਾ ਤੇ ਉਹ ਸਾਰਾ ਕੇਸ ਸੀ ਇਹ ਇਨ੍ਹਾਂ ਗੱਲਾਂ ਨੂੰ ਮਿਲਾ ਕੇ ਉਹਨੇ ਕਿਹਾ ਸੀਗਾ ਉਦੋਂ ਉਹਨੇ ਨਾਰਾ ਦਿੱਤਾ ਸੀ ਚੌਕੀਦਾਰ ਚੋਰ ਹੈ ਤੇ ਉਸ ਕਰਕੇ ਉਹਨੇ ਤੇ ਕਿਹਾ ਤਾਂ ਇਹ ਗੱਲ ਹੁਣ ਉਹਦਾ ਮਤਲਬ ਵੀ ਇਹੋ ਹੀ ਆ ਤੁਸੀਂ ਕੇਸ ਕਰਾਓ ਕਿ ਸਾਰੇ ਮੋਦੀਆਂ ਲੈ ਇੱਕ ਨਵੀਂ ਗੱਲ ਕਿੱਡੇ ਕਮਿਊਨਲ ਮਾਈਂਡ ਆ ਇਨ੍ਹਾਂ ਪਾਰਟੀਆਂ ਦਾ ਭਾਜਪੀ ਨੇ ਕੀ ਉਹਨਾਂ ਦੇ ਮੰਤਰੀਆਂ ਸੰਤਰੀਆਂ ਨੇ ਕੀ ਗੱਲ ਫਲਾਤੀ OBC ਤੇ ਹਮਲਾ ਉਹ ਪ੍ਰਧਾਨ ਮੰਤਰੀ ਇਸ ਕਰਕੇ ਬਣਿਆ ਕਿਉਂਕਿ OBC ਹੈ ਜਾ ਇਸ ਕਰਕੇ ਬਣਿਆ ਕਿਉਂਕਿ ਗਜਰਾਤੀ ਹੈ ਪ੍ਰਧਾਨ ਮੰਤਰੀ ਇਸ ਕਰਕੇ ਬਣਿਆ ਕਿ ਉਹਦੀ ਪਾਰਟੀ ਨੇ ਉਹਨੂੰ ਚੁਣਿਆ ਜਾਂ ਉਹਦੇ ਐਮਪੀਆ ਨੇ ਉਹਨਾਂ ਨੂੰ ਚੁਣਿਆ ਆਪਣਾ ਲੀਡਰ ਲੀਡਰ ਆਫ ਰੂਲਿੰਗ ਪਾਰਟੀ ਇਹ ਕਿਹੜੀਆਂ ਗੱਲਾਂ ਉਹਦੀ ਇੰਟਰਪ੍ਰੀਟੇਸ਼ਨ ਇਹ ਦੇ ਜੀ ਤੇਲੀ ਸੀਗਾ ओबीसी ਹੈਗਾ ਪ੍ਰਧਾਨ ਮੰਤਰੀ ਉਹਨੂੰ ਜ਼ਬਰਦਸਤੀ ओबीसी ਬਣਾਈ ਜਾਂਦੇ ਮੈਨੂੰ ਨਹੀਂ ਪਤਾ ਹੈ ਕਿ ਨਹੀਂ ਹੈ ਹੋ ਵੀ ਸਕਦਾ ਨਹੀਂ ਵੀ ਪਰ ਇਹਦੇ ਬਾਰੇ ਕੰਟਰੋਵਰਸੀ ਆ ਗਈ ਜੇ ਹੋਵੇ ਵੀ ਤਾਂ ਕੋਈ ਇਸ ਕਰਕੇ ਕੀਤਾ ਹੂੰ ਜਾਂ ਕੋਈ ਹੁਣ ਇਹਦੇ ਉਲਟ ਲੈ ਲੋ ਕੋਈ OBC ਹੋਏ ਜਾਂ ਦਲਿਤ ਹੋਏ ਜੇ ਕੋਈ ਉਹ ਗਲਤੀ ਕਰਦਾ ਤੇ ਉਹਨੂੰ ਕਹਦੇ ਤੂੰ ਯਾਰ ਆ ਗਲਤ ਨਾ ਕੰਮ ਕਰ ਉਹ ਮੇਰੇ ਤੇ ਜਾਤੀਗਤ ਹਮਲਾ ਇਹ ਕੋਈ ਗੱਲ ਬਣਦੀ ਐਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਕਾਨੂੰਨ ਦੇ ਪ੍ਰਵਧਾਨ ਹੈਗੇ ਆ ਪਰ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਹਰ ਕਿਸੇ ਦੇ ਵਿਚਾਰ ਨੂੰ ਜਾਂ ਉਸ ਦੇ ਕਿਸੇ ਆਪਣੇ ਢਾਡੇ ਤੇ ਕੋਈ ਪੁਛਗਿਸ਼ ਨੂੰ ਉਹਨੂੰ ਕਮਿਊਨਲ ਤੇ ਜਾਤੀਗਤ ਰੰਗਤ ਦੇ ਦਿਓ ਇਹਦੇ ਚ ਮਹਾ ਰਿਆ ਟੂ ਬੀ ਸਟੂਡੈਂਟ ਦੇ ਵਿੱਚ ਇਹ ਬੜੀ ਅਫਸੋਸ ਦੀ ਗੱਲ ਆ ਸਾਡੇ ਸੱਚੀ ਮੁੱਚੀ ਦੇਸ਼ ਦੀ ਜਿਹੜੀ ਡੈਮੋਕ੍ਰੇਸੀ ਹੈ ਪਹਿਲੀ ਵਾਰੀ ਤੁਹਾਨੂੰ ਲੱਗਾ ਕਿ ਆਈ ਸੀ ਯੂ ਦੇ ਵਿੱਚ ਪਈ ਆ ਸਟ੍ਰੈਚਰ ਤੇ ਪਾ ਕੇ ਉਹਨੂੰ ਤੇ ਆਪਣਾ ਅੰਦਰ ਲੈ ਗਏ ਆ ਜੇ ਤੇ ਮਾੜੀ ਮੋਟੀ ਆਕਸੀਜਨ ਮਿਲ ਗਈ ਕਿਤੇ ਉਹ ਵਿਰੋਧੀ ਪਾਰਟੀਆਂ ਥੋੜੀਆਂ ਇਕੱਠੀਆਂ ਹੋ ਗਈਆਂ ਤੇ ਥੋੜ੍ਹਾ ਜਿਹਾ ਇਹਦਾ ਉਮਰ ਲੰਬੀ ਵੀ ਹੋ ਸਕਦੀ ਹੈ ਨਹੀਂ ਤੇ ਇਹ ਭੋਗ ਛੇਤੀ ਪਿਆ ਲਓ ਤੇ ਫੇਰ ਆਪਾਂ ਵੀ ਦੇਖਾਂਗੇ ਕਿ ਇਹ ਜਿਹੜੇ ਪ੍ਰੋਗਰਾਮ ਰੋਜ਼ ਅਸੀਂ ਕਰਦੇ ਆ ਹੁੰਦੇ ਆ ਕਿ ਬੰਦ ਹੁੰਦੇ ਆ ਜਾਂ ਕਿੱਥੋਂ ਹੁੰਦੇ ਆ ਤੁਸੀਂ ਵੀ ਲਾਰੈਂਸ ਬਿਸ਼ਨੋਈ ਵਾਂਗੂ ਅੰਦਰੋਂ ਪ੍ਰੋਗਰਾਮ ਕਰੋਗੇ ਜਾਂ ਮੈਂ ਅੰਦਰੋਂ ਕਰੂੰਗਾ ਤੁਸੀਂ ਬਾਹਰ ਬੈਠੇ ਹੋਗੇ ਕੋਈ ਇੰਨਾ ਗੱਲਾਂ ਦਾ ਕਹਿ ਨਹੀਂ ਸਕਦਾ ਜਿਹੋ ਜਿਹੇ ਦੇਸ਼ ਦੇ ਅੰਦਰ ਰਾਜਨੀਤਿਕ ਅਸਥਿਰਤਾ ਵਾਲੇ ਤੇ ਰਾਜਨੀਤਿਕ ਜਿਹੜੇ ਲੋਕ ਆ ਰਾਜ ਸੱਤਾ ਨੂੰ ਕਿਸੇ ਵੀ ਕੀਮਤ ਤੇ ਚੰਬੜੇ ਰਹਿਣ ਵਾਲੇ ਮਾਹੌਲ ਬਣਿਆ ਹੋਇਆ ਹੈ ਸ਼ੁਕਰੀਆ ਪ੍ਰੋਫੈਸਰ ਸਾਹਿਬ ਧੰਨਵਾਦ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਿਕਵਿੰਦਰ ਜੀ ਤੁਹਾਡਾ ਤੁਹਾਡੀ ਸਾਰੀ ਟੀਮ ਦਾ ਸਾਡੇ ਸਰੋਤਿਆਂ ਦਾ ਵੀ ਬਹੁਤ ਬਹੁਤ ਧੰਨਵਾਦ